नहीं मैं मर जा वो नहीं पट्टे गए नहीं जमी पट्टे गए नहीं मैं मर जा नहीं हूं की करांगे हूं की करांगे वो मैं मच गई हाय कुड़े मेरे तो सौरा बह गया। ਹਰੇ ਦਾ ਕੰਮ ਤਾਂ ਨਿਬੜ ਗਿਆ ਵਧੀਆ ਰਮ ਗਿਆ ਮੈਂ ਸਹੀ ਵਧੀਆ ਕੱਚੇ 'ਚ ਬੈਠੀ ਰਹਿੰਦੀ ਹੈ ਵਧੀਆ ਯਾਰ ਉਰੇ ਪ੍ਰੀਤ ਵੀ ਲੇਟ ਹੁੰਦੀ ਯਾਰ ਕਾਲਜ ਜਾਣ ਨੂੰ ਉਹਨੂੰ ਵੀ ਛੱਡ ਕੇ ਆਉਣਾ ਸੀਗਾ ਟਾਈਮ ਹੋਈ ਪਿਆ ਹੈਗਾ ਉਹਦਾ ਦਾਤ ਵੀ ਲਵਾਉਣੇ ਸੀਗੇ ਚੱਲ ਫਿਰ ਦਾਤ ਆ ਕੇ ਲਵਾਵਾਂ ਯਾਰ ਪਹਿਲਾਂ ਪ੍ਰੀਤ ਨੂੰ ਛੱਡਿਆ ਮੈਂ ਆਹੀ ਕੁੜਤੇ ਵੀ ਐਵੇਂ ਜੇ ਪਾਈ ਫਿਰੀ ਜਾਂਦਾ ਗਾ ਹੰਡਾ ਦੇ ਨਾ ਮੇਰੀ ਤਾਂ ਸੁਣਦਾ ਨਹੀਂ ਹੈਗਾ ਕੋਈ ਨਾ ਮੇਰੇ ਕੋਲ ਹੁੰਦੇ ਬੇ ਮੁੰਡਿਆ ਆ ਦੇਖੀ ਆ ਮੈਂ ਚੱਕ ਕੇ ਨਾ ਕਿਸੇ ਨੂੰ ਫੜਾ ਦੂੰਗੀ ਕੀ ਵੇ ਬੇ ਪੈਂਟਾਂ ਸ਼ਲਟਾਂ ਕਿਹੜੀਆਂ ਪੈਂਟਾਂ ਮੈਂ ਇੱਥੋਂ ਨਹੀਂ ਪੈਂਦੀਆਂ ਇਹ ਕੁੜਤੇ ਵਧੀਆ ਮੇਰੇ ਤਾਂ ਕੁੜਤੇ ਪਜਾਮੇ ਵਧੀਆ ਨੇ ਉਹਨਾਂ ਨੂੰ ਦੇਖ ਲੈ ਵਿਆਹ ਵੇਲੇ ਦੀਆਂ ਨਹੀਂ ਉਹ ਅੱਜ ਦੀਆਂ ਨਹੀਂ ਹੈਗੀਆਂ ਇਹਨਾਂ ਨੂੰ ਗਾਲ ਲੈ ਆਉਂਦਾ ਜਾਂਦੀ ਹੰਡਾ ਲਿਆ ਕਰ ਕਿਸੇ ਰਿਸ਼ਤੇਦਾਰੀ 'ਚ ਜਾਂਦੇ ਜਦੋਂ ਆਹੀ ਇਕੱਲੇ ਕੁੜਤੇ ਪਜਾਮੇ ਪਾਉਣੇ ਬੇਬੇ ਗੱਲ ਸੁਣ ਲੈ ਇੱਕ ਕਿਸੇ ਨੂੰ ਫੜਾਉਣੀਆਂ ਫੜਾ ਦਿਓ ਮੈਂ ਤਾਂ ਕੁੜਤੇ ਵੀ ਪਾਉਂਗਾ ਪੰਜ ਚਾਰ ਮੈਂ ਤਾਂ ਹੋਰ ਸਮਾਉਂਗਾ ਸਮਾਂ ਦੇਖਾਂ ਪੰਜ ਚਾਰ ਇਹਨਾਂ ਦਾ ਕਰੇਗਾ ਕੀ ਜਦੋਂ ਪੈਂਦੀ ਹੀ ਨਹੀਂ ਮੈਥੋਂ ਵੇ ਪੈਂਟਾਂ ਸ਼ਰਟਾਂ ਤਾਂ ਇੱਕ ਦੋ ਵਾਰ ਹੀ ਪਾਈਆਂ ਨੇ ਜਮੀ ਨਵੀਆਂ ਨੇ ਦੇਣ ਨੂੰ ਵੀ ਕਿਸੇ ਨੂੰ ਜੀ ਨਹੀਂ ਕਰਦਾ ਕੁਛ ਨਹੀਂ ਹੁੰਦਾ ਬੰਦਾ ਰਿਲੈਕਸ ਹੁੰਦਾ ਕੁੜਤੇ ਵਿੱਚ ਖੁੱਲਾ ਖੁੱਲਾ ਆ ਚੱਕ ਕੇ ਫੜਾ ਦੀ ਨਹੀਂ ਫੜਾ ਦੂੰ ਮੈਂ ਤਾਂ ਸਾਰੇ ਆਇਆ ਮੈਡਮ ਅੰਗਦ ਆਹੋ ਜਿਹੜਾ ਕੋਈ ਆਇਆ ਉਸ ਨੂੰ ਫੜਾ ਦੀ ਫੜਾ ਦੇ ਕੋਈ ਨਹੀਂ ਤੂੰ ਗੱਲ ਸੁਣ ਮੇਰੀ ਹੁਣ ਕੀ ਕਰਦੇ ਪਹਿਲਾਂ ਹੁਣ ਪ੍ਰੀਤ ਨੂੰ ਛੱਡ ਕੇ ਆਉਣਾ ਕਾਲਜ ਹੁਣ ਤੇ ਹੋਰ ਨਾ ਤੈਨੂੰ ਵੀ ਕੋਈ ਵਧੀਆ ਮੁੰਡਾ ਭਾਲ ਕੇ ਕੁੜੀ ਨੂੰ ਵਿਆਹਣ ਦੀ ਗੱਲ ਕਰ ਅੱਗੇ ਵਿਆਹਣ ਦੀ ਗੱਲ ਕਰ ਜੇ ਪੜੂ ਲਿਖੂਗੀ ਉਹ ਕਿਸੇ ਨੌਕਰੀ ਲੱਗੂਗੀ ਵਧੀਆ ਟਿਕਾਣਾ ਮਿਲਜੂ ਆਪਾਂ ਨੂੰ ਜੇ ਵਧੀਆ ਪੜੂਗੀ ਫੇਰ ਹੀ ਵਧੀਆ ਰਿਸ਼ਤਾ ਮਿਲੂਗਾ ਲੈ ਵਧੀਆ ਪੜੂਗੀ ਤੈਂ ਵੀ ਕਹਿਤਾ ਲੈ ਹੋਰ ਬੇਬੇ ਤੁਸੀਂ ਵਿਆਹ ਕੇ ਆਪਦਾ ਕੰਮ ਨਵੇੜੋ ਸਿਰ ਤੋਂ ਉੱਚੀ ਕੁੜੀ ਹੋ ਰਹੀ ਹੈ ਕੰਮ ਬਣਦਾ ਕੋਈ ਬੇਬੇ ਗੱਲ ਸੁਣ ਲੈ ਜੇ ਨੌਕਰੀ ਮਿਲ ਗਈ ਕੋਈ ਐਸ਼ ਕਰੂ ਕੁੜੀ ਆਪਣੀ ਆਪਾਂ ਨੂੰ ਵੀ ਅੱਗੇ ਚੰਗੇ ਰਿਸ਼ਤੇਦਾਰ ਮਿਲ ਜਾਣਗੇ ਵਰਤਨ ਵਾਲੇ ਉਹੀ ਤਾਂ ਗੱਲ ਆ ਤੁਹਾਨੂੰ ਮਿਲ ਗਿਆ ਨਸ਼ੇੜੀ ਫਿਰ ਕੀ ਕਰਾਂਗੇ ਇੱਥੇ ਬਹਿ ਜੂ ਤੇਰੇ ਬਾਰ ਚ ਆ ਕੇ ਤੁਹਾਨੂੰ ਤਾਂ ਸਾਰਾ ਦਿਨ ਇਹੀ ਰਹਿੰਦਾ ਚੱਲਦੇ ਆ ਸਾਂ ਹੁਣ ਜੇ ਇਹ ਨੌਕਰੀ ਲੱਗ ਗਈ ਗਾਹ ਮੁੰਡਾ ਨੌਕਰੀ ਵਾਲਾ ਮਿਲ ਗਿਆ ਨਜ਼ਾਰੇ ਆਈ ਆਪਾਂ ਨੂੰ ਤਾਂ ਗੱਲ ਸੁਣ ਲੈ ਕੁੜੀਏ ਮੇਰੀ ਜਵਾਨਾ ਬਹੁਤ ਮਾੜਾ ਠੀਕ ਹੈ ਧਿਆਨ ਨਾਲ ਪੜਿਆ ਕਰ ਸ਼ਹਿਰ ਹੋ ਕੇ ਰਿਹਾ ਕਰ ਕੋਈ ਗੱਲ ਨੀ ਨਾ ਰਹੇ ਘਰੇ ਬਸ ਚੰਗਾ ਵਗ ਜਾ ਖੜਾ ਹੋ ਜਾ ਬਾਈ ਹੁਣ ਟੀਚਰ ਦੀਆਂ ਪੋਸਟਾਂ ਨਿਕਲਣੀਆਂ ਤੇ ਉਹਦੇ ਫਾਰਮ ਭਰਨੇ ਨੇ ਤੇ ਤੁਸੀਂ ਭਰ ਦੇਣਗੇ ਫਾਰਮਾਂ ਦਾ ਆਪਾਂ ਦੀਪ ਤੋਂ ਭਰਾ ਦਾਂਗੇ ਕਿੰਨੇ ਵਾਰ ਤਾਂ ਭਰ ਗਾਣੇ ਇਹੀ ਕੰਮ ਕਰਦਾ ਉਹ ਹੋਰ ਪਹਿਲਾਂ ਇੱਕ ਦੋ ਵਾਰ ਭਰਾਏ ਤਾਂ ਸੀਗੇ ਤੋਂ ਹਾਂ ਬਾਈ ਫਿਰ ਉਹਨਾਂ ਨੂੰ ਭਰਾ ਦਿਓ ਕੋਈ ਗੱਲ ਨਹੀਂ ਕੋਈ ਨਹੀਂ ਤੇਰੀ ਬੱਸ ਨਾਲ ਲੰਗੇ ਆ ਤੂੰ ਛੱਡ ਕੇ ਕੋਈ ਪੇਪਰ ਕੱਢ ਵੀ ਲਿਆ ਕਰ ਪੈਸੇ ਤਾਂ ਲਵਾਈ ਜਾਂਦੀਆਂ ਮੁੰਡੇ ਦੇ ਨਾ ਨਾ ਬੇਬੇ ਮੈਂ ਪੂਰੀ ਤਿਆਰੀ ਕਰਦੀ ਆ ਆਪਦੀ ਤਿਆਰੀ ਤਾਂ ਕਰਦੀ ਆ ਬੇਬੇ ਅੱਗੇ ਗੱਲ ਕਰਮਾਂ ਤੇ ਬੇਬੇ ਨਾਲ ਇੰਨਾ ਰੁੱਖਾ ਨਾ ਬੋਲਿਆ ਕਰ ਧੀ ਪੁੱਤ ਗੁੱਸਾ ਕਰ ਜਾਂਦਾ ਉਹ ਫਿਰ ਚਿੜ ਜਾਂਦੀ ਆ ਮੈਨੂੰ ਪਤਾ ਬਹੁਤ ਨਰਮ ਆ ਪ੍ਰੀਤ ਪੁੱਤ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦੀ ਹਾਂ ਧੀ ਤਾਂ ਮੇਰੀ ਹੀ ਹੈ ਮੈਨੂੰ ਤੇਰੇ ਭਾਵੇਂ ਟੈਨਸ਼ਨ ਨਹੀਂ ਮੈਨੂੰ ਐਂ ਤੀਏ ਚੰਗਾ ਟਿਕਾਣਾ ਮਿਲ ਜਾਏ ਆਪਾਂ ਵਿਆਹ ਕੇ ਤੋਰ ਦਿੰਦੇ ਬੇਬੇ ਫਿਰ ਸਾਨੂੰ ਟੈਨਸ਼ਨ ਨਹੀਂ ਜੇ ਉਹਨੂੰ ਵਧੀਆ ਪੜ੍ਹਾਵਾਂਗੇ ਲਿਖਾਵਾਂਗੇ ਵਧੀਆ ਰਿਸ਼ਤਾ ਮਿਲ ਜੂ ਜੇ ਉਹਨੂੰ ਨੌਕਰੀ ਮਿਲ ਗਈ ਇੱਦੂ ਵੀ ਚੰਗਾ ਰਿਸ਼ਤਾ ਮਿਲ ਜੂ ਆਪਾਂ ਨੂੰ ਇੰਨੀ ਨਾ ਤੂੰ ਟੈਨਸ਼ਨ ਲਿਆ ਕਰ ਜਵਾਨੇ ਕਨੀ ਦੇਖ ਕੇ ਟੈਨਸ਼ਨ ਆਉਂਦੀ ਹੈ ਪੁੱਤ ਕੋਈ ਨਾ ਕੁਛ ਨਹੀਂ ਹੁੰਦਾ ਚਲੋ ਮਰਜ਼ੀ ਹੈ ਤੁਹਾਡੀ ਪੜ੍ਹਾ ਲਓ ਚੰਗਾ ਫਿਰ ਮੈਂ ਚੱਲ ਆਂ ਬਣਾ ਕੇ ਬਣਾ ਲਿਆ ਕੁੱਟੀਆਂ ਬਣਾਉਣੀ ਹੈ ਬਣਾ ਦਿੰਦੀ ਹਾਂ ਦੇਖਾਂ ਮੀਮ ਦੇ ਸਾਗ ਹੋਇਆ ਇਹ ਤਾਂ ਛੋਟਾ ਹੀ ਹੈ ਫਿਰ ਅੱਖੂ ਜਾੜਾ ਕਰਦੀ ਹੈ ਅੱਧੂ ਕਿਹੜਾ ਘੱਟ ਹੈ ਲੈ ਉਹ ਬੈਠੇ ਤਾਂ ਮੂਹਰੇ ਮੇਰੇ ਕੁੜੇ ਮੇਰੇ ਮੂਹਰੇ ਹੀ ਬੈਠੇ ਤੂੰ ਤਾਂ ਮੈਂ ਉਰੇ ਧੁੱਪ ਜੇ ਕਰਕੇ ਬਹਿ ਗਈ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਹੋਰ ਕਿਵੇਂ ਧਨੀਆ ਤੋੜ ਕੇ ਲਿਆਉਣੀ ਠੀਕ ਹੈ ਤੂੰ ਦੱਸ ਤੋੜ ਲੈ ਧਨੀਆ ਤਾਂ ਧਨੀਆ ਵਾਲਾ ਹੀ ਸੋਹਣਾ ਹੋ ਰਿਹਾ ਨਾ ਹਾਂ ਪਹਿਲੇ ਪਾਸੇ ਵੱਡਾ ਵੱਡਾ ਸੀ ਨਹੀਂ ਨਹੀਂ ਮੈਂ ਤਾਂ ਇੱਥੇ ਤੋੜੂ ਤੇਰੇ ਕੋਲੇ ਮੈਂ ਗੱਲਾਂ ਬਾਤਾਂ ਕਰਾਂਗੇ ਹੋਰ ਦੱਸ ਕਿਵੇਂ ਹੈ ਠੀਕ ਹੈ ਚੱਲ ਠੀਕ ਹੈ ਠੀਕ ਹੈ ਚਲੋ ਭਾਣੇ ਠੀਕ ਹੀ ਚਾਹੀਦਾ ਅਤੇ ਹੋਰ ਗੁੜੀਆ ਗੁੜੀਆ ਪੜ੍ਹਨ ਗਈ ਹੈ
ਚਲੋ ਪਹਿਲਾਂ ਤਾਂ ਮੈਂ ਤੇਰੇ ਨਾਲ ਗੱਲਾਂ ਕਰਾਂ। ਆ ਜਾ ਧਨੀਆ ਤਾਂ ਫੇਰ ਹੀ ਤੋੜ। ਆ ਜਾ ਆ ਜਾ ਕਰ ਲੈ ਬਹਿ ਜਾ ਲੈ। ਇਹੀ ਜੀ ਕੀ ਗੱਲ, ਮੈਂ ਤੈਨੂੰ ਐਂ ਪੁੱਛਦੀ ਹਾਂ, ਚਲ ਗੱਲਾਂ ਤਾਂ ਘਰੇਲੂ ਨੇ ਜਿਹੜੀਆਂ ਤੇਰੀਆਂ ਮੇਰੀਆਂ ਨੇ, ਹੋਰ ਕੀ ਗੱਲਾਂ ਆਪਾਂ ਕਿਸੇ ਦੇ ਤਾਂ ਨਹੀਂ ਕਰਦੇ। ਚੱਲ ਤੂੰ ਗੱਲ ਤਾਂ ਕਰ ਲਈ ਵੀ ਕੁੜੀ ਪੜ੍ਹਨ ਗਏ ਸਕੂਲ, ਤੇ ਮੈਂ ਤੈਨੂੰ ਐਂ ਪੁੱਛਦੀ ਹਾਂ ਉਹਨੂੰ ਵਿਆਹੁਣ ਤਾਂ ਤੁਸੀਂ ਨਾ ਹੀ ਨਹੀਂ ਲੈਣਾ ਹੁਣ? ਨਹੀਂ ਮੈਂ ਤਾਂ ਭੈਣੇ ਬਥੇਰਾ ਕਹਿੰਦੀ ਹਾਂ, ਫਿਰ ਮੈਂ ਤਾਂ ਕਹਿੰਦੀ ਹਾਂ ਵੀ ਭਾਈ ਤੁਸੀਂ ਦੇਖ ਕੇ ਕੋਈ ਟਿਕਾਣਾ ਵਿਆਹ ਦਿਓ। ਟਾਈਮ ਹੈ ਭੈਣੇ, ਹੁਣ ਇੱਦੂ ਗਾਹਾਂ ਵਿਆਹੋਗੇ? ਜਵਾਕ ਹੀ ਨਹੀਂ ਮੰਨਦੇ, ਕਹਿੰਦੇ ਨੇ ਪੜ੍ਹਦੀ ਹੈ। ਨਹੀਂ ਸਰ ਜਵਾਕਾਂ ਨੂੰ ਵੀ ਅਕਲ ਉਕਲ ਹੈ ਨਹੀਂ ਕਹੀ ਕੀ ਕਹਿੰਦੀ ਹੈ, ਬੇਸੂਰੇ ਨੇ, ਹੋਰ ਕੀ ਹੈ। ਹਾਂ ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ, ਆਪਦੀ ਇੱਜ਼ਤ ਲੈ ਕੇ ਆਪਦੇ ਘਰੇ ਜਾਵੇ ਉਹਨੇ ਜਵਾਕ। ਉਹਦੇ ਵਰ ਗਰੀਸ ਆ, ਹੁਣ ਮੈਂ ਵਿਆਹਤੀ ਤੇ ਪੜ੍ਹਦੀ ਤਾਂ ਮੇਰੀ ਵੀ ਸੀ। ਹਾਂ ਪੜ੍ਹਦੀ, ਫਿਰ ਊਂ ਕਰੀ ਜਾਂਦੀ, ਤੂੰ ਤਾਂ ਬਾਹਲੀ ਭੈਣੇ ਬਹਿਮੀ ਬੰਦੇ ਹੋ, ਇੰਨੀ ਵਹਿਮ ਨਾ ਕਰੋ ਤੁਸੀਂ ਮੇਰੀ ਗੱਲ ਸੁਣ, ਵਿਆਹੁਣ ਦੀ ਕਰੋ, ਟਾਈਮ ਹੈ ਕੁੜੀ ਦਾ, ਤੇਰੀ ਤੇ ਮੇਰੀ ਕੁੜੀ ਮਹੀਨਾ ਮਹੀਨੇ ਦਾ ਸਨ ਹੈ, ਮਹੀਨਾ ਸੁਣਾ ਮੇਰੀ ਛੋਟੀ ਸੀ ਤੇਰੀ ਕੁੜੀ ਤੋਂ, ਉਹ ਆਪ ਜਵਾਕ ਵਾਲੀ ਹੋ ਗਈ, ਬੇਟੀ ਹੋ ਗਈ ਜਦੋਂ ਕੋਲੇ। ਹਾਂ ਤੁਸੀਂ ਆਪ ਹੀ ਨਹੀਂ ਪੜ੍ਹੀ, ਹੈ ਨਹੀਂ ਤੇਰੀ ਚੀ ਤੰਤ ਨੇ, ਤੂੰ ਉਹਨਾਂ ਨੂੰ ਕਰੜੀ ਹੋ ਕੇ ਕਹਿ ਵੀ ਭਾਈ ਦੇਖ ਮੇਰੀ ਗੱਲ ਸੁਣੋ, ਸਾਸਾਂ ਗਰਾਸਾਂ ਦਾ ਕੀ ਪਤਾ ਜੇ ਮੈਨੂੰ ਕੁਛ ਹੋ ਗਿਆ, ਫਿਰ ਪਤਾ ਹੁੰਦਾ? ਇਹ ਵੀ ਸੱਚੀ ਗੱਲ ਹੈ। ਹਾਂ ਹੈ ਨਹੀਂ ਭੈਣੇ, ਹੁਣ ਦੁਨੀਆਂ ਉਹੀ ਗੱਲ, ਬੰਦਿਆਂ 'ਚ ਕੋਈ ਤੰਤ ਨਹੀਂ ਹੈਗੇ, ਤੈਨੂੰ ਮੈਂ ਦੱਸਾਂ ਕਰਨ ਦੀ ਕਰੋ, ਟਾਈਮ ਹੈ, ਮੇਰੇ ਕਹੇ ਤੋਂ ਮੰਨ ਲੈ ਗੱਲ, ਤੂੰ ਆਪਦੇ ਜਵਾਕਾਂ ਨੂੰ ਕਹੇ ਖਰੂ ਪਾ ਕੇ ਉਹ ਨਹੀਂ ਕਰੜੀ ਹੁੰਦੀ, ਬਸ ਫਿਰ ਦੇਖ ਬੇ ਟਾਈਮ ਹੈ, ਐਂ ਕਹਿ ਕੇ ਬਹਿ ਜਾਂਦੀ ਹੈ। ਨਹੀਂ ਨਹੀਂ ਭੈਣੇ, ਕਹਿੰਦੀ ਤਾਂ ਬਥੇਰਾ ਮੈਂ, ਸਾਡੇ ਤਾਂ ਨਾ ਬਹੂ ਮੰਨੇ ਨਾ ਮੁੰਡਾ ਮੰਨੇ, ਫਿਰ ਇਹਦਾ ਕੁਮਾਰ ਕੋਠੜਾ ਚਿਣਿਆ ਲਓ, ਘਰੇ ਰੱਖ ਲਿਓ ਕੁਮਾਰੀ। ਹੁਣ ਤਾਂ ਮੈਂ ਸਮਾਰ ਕੇ ਕਹੂੰਗੀ ਕਰੜੀ ਹੋ, ਤੂੰ ਕਹਿ ਦੇਖ ਭਾਈ ਤੁਸੀਂ ਕਰਨਾ ਕਰੋ ਨੀ, ਮੈਂ ਦੇਖ ਕੇ ਆਉਂ ਕਹੂੰਗੀ। ਹਾਂ ਇਹ ਕੋਈ ਗੱਲਾਂ ਨੇ, ਮੈਂ ਤਾਂ ਭਾਈ ਉਹੀ ਗੱਲ, ਆਪਾਂ ਤਾਂ ਆਪਦੇ ਜਵਾਕਾਂ ਨੂੰ ਕਹਿਤਾ ਸੀ, ਮੈਂ ਦੇਖ ਦੇਖਣਾ, ਦੇਖੋ ਫੇਰ ਨਾ ਸਵੇਰ ਨੂੰ ਕਹੋ, ਮੈਂ ਤਾਂ ਜਾਊਂਗੀ ਦੇਖਣ, ਆਪ ਵਗ ਜਾਊ, ਦੁਨੀਆ ਦੇਖਦੀ ਫਿਰ ਕਿੱਡੀ ਗੱਲ ਹੈ, ਮੈਂ ਕਿਹਾ ਫਿਰ ਇਹਨਾਂ ਨੂੰ ਐਂ ਲੱਗੂ ਵੀ ਸੱਚੀ ਨਾ ਵਗ ਜਾਵੇ ਬੇਬੇ ਤਾਂ। ਸੱਚੀ ਗੱਲ ਹੈ, ਹੋਰ ਨਹੀਂ ਟਾਈਮ ਹੈ ਬਾਈ, ਨਾਲੇ ਉਹੀ ਗੱਲ, ਨੇੜੇ ਨੂੜੇ ਵੀ ਨਾ ਵਿਆਹੋ, ਫਿਰ ਊਂ ਜਵਾਕ ਜਾ ਖੜੇ ਹੀ ਰਹਿੰਦੇ ਨੇ, ਕਹੀ ਕਹਿੰਦੀ ਹੈ, ਮੁੱਲ ਸਿਰ ਆਉਂਦੇ ਨੇ, ਹੁਣ ਸਾਡੀ ਨੂੰ 8 ਮਹੀਨੇ ਹੋ ਗਏ, ਹੁਣ ਦੇਖੋ ਜੇ ਕਦੇ ਗੇੜਾ ਮਾਰੂ ਵੀ ਫਿਰ ਠੰਡ ਜ਼ਿਆਦਾ ਪੈਣ ਲੱਗ ਜੂ, ਨਹੀਂ ਮੈਂ ਤਾਂ ਕਹਿੰਦੀ ਭਾਈ ਆਪਦੇ ਘਰੇ ਰਹੇ ਕੀ ਕਰਾਉਣਾ, ਐਵੇਂ ਬਾਤ। ਹੋਰ ਸੱਚੀ ਗੱਲ, ਵਿਹਲੀ ਹੋ ਕੇ ਬਹਿ ਗਈ ਤੂੰ ਤਾਂ? ਮੈਂ ਤਾਂ ਜਮਾਂ ਵਿਹਲੀ ਹਾਂ ਭੈਣੇ, ਆਪਾਂ ਟੈਂਸ਼ਨ ਫਿਰੀ ਹਾਂ। ਹਾਂ ਹੁਣ ਤੂੰ ਉਹੀ ਗੱਲ, ਕਿਤੇ ਜਾਣ ਜੋਕਰੀ ਨਹੀਂ, ਕਿਤੇ ਨਹੀਂ ਜਾਣ ਜੋਗੀ ਨਾ ਭਾਈ, ਜਿਹਦੇ ਘਰੇ ਧੀ ਮਟਿਆਰ ਹੈ ਫਿਰ ਉਹ ਜਾਂਦੀ ਵੀ ਨਹੀਂ ਸਾਈ, ਅਸੀਂ ਝੱਕੀ ਜਾਂਦੇ ਹਾਂ ਮੈਂ ਤਾਂ ਵੀ ਉਹ ਆ ਗਈ, ਉਹ ਵੱਗ ਗਈ, ਮੁੰਡਾ ਸਾਰਾ ਧੰਦਾ ਛੱਡ ਕੇ ਲੈ ਕੇ ਜਾਂਦਾ ਉਹਨੂੰ, ਬਸ ਫਿਰ ਨਾਲੇ ਭੈਣੇ ਉਹੀ ਗੱਲ, ਤੂੰ ਹਾਂ ਚੱਕ ਜਾਂਦੀ ਹੈ, ਨਾਈ ਜੀ ਦੀ ਧੀ ਮਟਿਆਰ ਹੈ, ਉਹਦੇ ਚਾਰੇ ਪੱਲੇ ਗਾਰ ਚ ਹੁੰਦੇ ਨੇ, ਸੱਚੀ ਗੱਲ ਹੈ, ਤੈਨੂੰ ਮੈਂ ਦੱਸਾਂ ਜਵਾਨੇ ਮੁਤਾਬਕ, ਹੁਣ ਤਾਂ ਆਪਾਂ ਨੂੰ ਪਤਾ ਆਪਣੇ ਜਵਾਕ ਠੀਕ ਨੇ, ਪਰ ਜਵਾਨੇ ਮੁਤਾਬਕ ਇਸੇ ਗੱਲ ਦੀ ਮਾਰੀ ਨੇ ਭੈਣੇ, ਆਪਦਾ ਫਰਜ਼ ਨਹੀਂ ਆਤਾ, ਜੇ ਉਹਨੂੰ ਖਾਵੇ ਕਿਤੇ ਖੜਾ ਕਿਤੇ ਬੈਠਾ, ਨਹੀਂ ਉਹਦੀ ਨਹੀਂ ਮੈਂ ਮਰ ਜਾ ਜਾਨੀ ਹੈ ਭੈਣੇ, ਮੇਰੇ ਤਾਂ ਕੁੜੀ ਆਉਣ ਵਾਲੀ ਹੈ, ਹੁਣ ਨਹੀਂ ਮੈਂ ਬਹਿੰਦੀ ਤੇਰੇ ਲਵੇ, ਬਹਿੰਦੀ ਹੁਣ ਜੇ ਉਹਨੂੰ ਖਾਂਦਾ, ਜਿੱਥੇ ਮਰਜ਼ੀ ਬਹਿ ਜਾ, ਜਿੱਥੇ ਮਰਜ਼ੀ ਖੜ ਜਾ, ਹੁਣ ਆਪਾਂ ਨੂੰ ਦਿੱਕਤ ਨਹੀਂ ਆਉਂਦੀ, ਸੱਚੀ ਗੱਲ ਹੈ, ਤੂੰ ਕੰਮ ਨਿਬੇੜੋ ਬਾਈ, ਹੁਣ ਤੈਨੂੰ ਮੈਂ ਦੱਸਾਂ ਨਾ, ਰੁੱਖੀ ਹੋ ਕੇ ਕਹੂੰਗੀ ਹੁਣ, ਅੱਜ ਤੂੰ ਰੁੱਖੀ ਹੋ ਕੇ ਕਹਿ ਬਾਈ, ਕਰੋ ਕੁੜੀ ਦਾ, ਹਾਂ ਪੜ੍ਹਦੀ ਹੈ ਪੜ੍ਹਦੀ ਹੈ, ਫਿਰ ਇਹਨੂੰ ਕੀ ਵਾਹੀ ਕਰੀ ਜਾਊਂਗੀ ਵੀ ਪੜ੍ਹਦੀ ਹੈ ਸਾਰੀ ਉਮਰੀ, ਪੜ੍ਹਾਈ ਤਾਂ ਸਾਰੀ ਜ਼ਿੰਦਗੀ ਪੜ੍ਹੀ, ਚੱਲ ਉਹ ਵੀ ਨਹੀਂ ਪੂਰੀ ਹੁੰਦੀ, ਅਈਆਂ ਜੇ ਪੜ੍ਹਾਈਆਂ ਚੱਲ ਰਹੀਆਂ ਨੇ ਹੁਣ ਤਾਂ, ਫਿਰ ਗਾਂਹ ਡਿਗਰੀਆਂ 'ਚ ਪਾ ਲਉਂਗੇ, ਫਿਰ ਸਾਡੀ ਡਿਗਰੀ ਕਰਦੀ ਹੈ, ਹੁਣ ਸਾਡੀ ਦੇਖਦੀ ਹੈ ਵੀ ਨੌਕਰੀ 'ਤੇ ਲੱਗੂ, ਲੱਗੇ ਨਾ ਲੱਗੇ, ਤੁਸੀਂ ਆਪਦਾ ਫਰਜ਼ ਨਿਭਾਉਣ ਦੀ ਕਰ ਬਸ, ਆਖ ਮੈਂ ਤਾਂ ਆਪ ਦੇਖ ਕੇ ਮੈਂ ਹੁਣ ਕਰੜੀ ਹੋ ਕੇ ਕਹੂੰ। ਹਾਂ ਲੈ ਭੈਣੇ, ਮੈਂ ਤਾਂ ਜਾਂਦੀ ਹਾਂ ਲੈਂਦੀ ਹਾਂ ਦਵਾਈ, ਅੱਛਾ ਤੂੰ ਜਿਹੜਾ ਕੁਛ ਤੋੜਨਾ ਤੋੜ ਦੇ, ਧਨੀਆਂ ਹੀ ਤੋੜੂ, ਹੋਰ ਤਾਂ ਕੀ, ਤੇਰੀ ਮਰਜ਼ੀ ਹੈ, ਧਨੀਆਂ ਤੋੜਨਾ ਧਨੀਆਂ ਤੋੜ ਲੈ, ਮੇਥੀ ਤੋੜਦੀਆਂ ਮੇਥੀ, ਨਾ ਨਾ ਹਾਂ, ਪਰ ਮੈਂ ਹੁਣ ਕਰੜੀ ਹੋ ਕੇ ਕਹੂੰਗੀ। ਹਾਂ ਟਾਈਮ ਹੈ ਬਾਈ, ਜਵਾਨਾ ਕਿਹੜਾ, ਲੈ ਦੇਖ ਲੈ, ਸੁਣਦੀ ਨੀ ਕੋਈ, ਮਖਾ ਮਖਾ ਆਪੇ ਸੁਣਨਗੇ, ਜੇ ਮਾੜਾ ਮੋਟਾ ਖੁਦੂ ਖੜਾ ਪਾਵੇਗੀ, ਜੇ ਤੂੰ ਐ ਰਹੀ ਫੇਰ ਨੀ ਕਰਦੇ, ਫਿਰ ਤਾਂ ਜਵਾਕਾਂ ਨੂੰ ਬਸ ਐਂ ਕੁੜੀ ਪੜ੍ਹਦੀ ਹੈ ਪੜ੍ਹਦੀ ਹੈ। ਚੱਲ ਭਰਤੀ ਪੰਪ ਹੋਣੀ ਦੀ ਤਾਂ ਮੈਂ ਸਿੜਤੀ ਸੀਖ, ਹੁਣ ਜਾ ਕੇ ਖਰੂ ਪਾਊ, ਇਹ ਕਿਹੜਾ ਬਘਿਆੜ ਘੱਟ ਹੈ, ਖਰੂ ਪਾ ਤੂੰ ਵੱਧ ਹੁਣ। ਹਾਂ ਦੇਖੀ ਸਹੀ ਕਰ, ਮੇਰੀ ਤਾਂ ਹੈਗੀ ਸੀ ਬੇਲਾਇਕੀ, ਹਾਏ ਹਾਏ ਚੰਦਰੀਏ, ਜੇ ਤੂੰ ਪੜ੍ਹ ਲੈਂਦੀ ਮੈਂ ਤੈਨੂੰ ਐਡੀ ਛੇਤੀ ਕਾਹਨੂੰ ਡੋਬਦੀ, ਤਾਂ ਡੋਬੀ, ਜੇ ਮੇਰੀ ਧੀ ਪੜ੍ਹੀ ਨਹੀਂ ਫਿਰ ਇਹਨਾਂ ਦੀ ਤਾਂ ਨਹੀਂ ਪੜ੍ਹ ਲੂਗੀ, ਨੂੰ ਉਹ ਤਾਂ ਬੋਲੀਏ, ਇਹਦਾ ਜੱਟੀ ਦਾ ਨਾ ਖਰਾ, ਇਹ ਨਹੀਂ ਫਿਰ ਮੇਰੀ ਜਾਨ ਛੱਡਦੀ ਜੇ ਕੇਰਾਂ ਇਹਦੀ ਕੁੜੀ ਨੌਕਰੀ 'ਤੇ ਲੱਗ ਗਈ ਪੜ੍ਹ ਗਈ, ਬਸ ਅਸੀਂ ਖਰੂ ਪਾਪਾ ਇਹਨੂੰ ਤਾਂ ਤੋਰੂੰਗੀ ਕੁੜੀ ਨੂੰ ਆਪ, ਮੇਰੀ ਕੁੜੀ ਬਰੋਬਰੀ, ਦੱਸ ਉਹਦੀ ਕਿਸਮਤ ਮਾੜੀ ਜਾਏ ਵੱਡੀ, ਜੇ ਪੜ੍ਹ ਲੈਂਦੀ ਕੋਈ ਸਮਾਜਦਾਰ ਜੱਟ ਭਾਲ ਦੇ, ਤਾਂ ਇਹ ਤਾਂ ਫਿਰ 2 ਕਿੱਲਿਆਂ ਇਹਨੂੰ ਫਾਹਾ ਦਿੱਤਾ, ਜਵਾਕੜੀ ਦਾ ਨਾ ਵੇਲੇ ਪੂਰੇ ਕਰਦੀ, ਨਾ ਸਿੱਟੀ ਪਰਦੇਸਾਂ 'ਚ,
ਵੀ ਹੈ ਨਹੀਂ ਭਾਈ ਪੜ੍ਹਨ ਵਾਲੀ ਹੈ ਨਹੀਂ, ਲਾਇਕ ਹੈ ਪੜ੍ਹਾਈ 'ਚ, ਕੰਮ ਨਹੀਂ ਕੋਈ ਐਂ ਵੀ ਤੂੰ ਕੇ ਲਈ ਜੂ, ਪੁੱਛਣਾ ਨਹੀਂ ਖਾੜੇ 'ਚ ਵਿਆਹੁੰਦੀ ਕਿਸੇ ਪੜ੍ਹੇ ਲਿਖੇ ਮੁਲਾਜ਼ਮ ਨੂੰ ਵਿਆਹੁੰਦੀ, ਮੈਨੂੰ ਵੀ ਚਾਅ ਹੁੰਦਾ, ਮੇਰੇ ਤਾਂ ਢਿੱਡ 'ਚ ਹੀ ਰਹਿ ਗਿਆ ਜਿਵੇਂ ਕੱਲੀ ਕੱਲੀ ਧੀ ਸੀ। ਲਿਆ ਕੁੜੇ ਵੀਰ, ਲਿਆਉਣੀ ਹੈ ਬੇਬੇ ਦਵਾਈ, ਦੇ ਕੇ ਗਰਮ ਪਾਣੀ ਕਰ ਲਿਆ। ਹਾਂ ਗਰਮ ਹੀ ਕਰਿਆ ਸੀ ਪਾਣੀ ਤਾਂ। ਹਾਂ ਲੈ ਆਹੀ ਸੀ ਗੋਲੀਆਂ। ਆਹੋ ਇਹੀ ਹੈ। ਮੇਰੀ ਗੱਲ ਸੁਣ ਲੈ। ਹਾਂ ਬੇਬੇ। ਤੈਨੂੰ ਮੈਂ ਦੱਸਾਂ ਗੱਲ, ਤੁਸੀਂ ਸਾਰਾ ਦਿਨ ਕਰਦੇ ਰਹਿੰਦੇ ਹੋ ਪੜ੍ਹਾਈ ਪੜ੍ਹਾਈ ਪੜ੍ਹਾਈ, ਅੱਜ ਦੇ ਜ਼ਮਾਨੇ 'ਚ ਨੌਕਰੀਆਂ ਧਰੀਆਂ ਪਈਆਂ ਨੇ। ਕੋਈ ਨਾ ਬੇਬੇ, ਜਿਹਦੇ ਕਰਮਾਂ 'ਚ ਹੋਈ ਮਿਲੀ ਜਾਊ, ਚੱਲ ਪੜ੍ਹਾਉਣਾ ਤਾਂ ਕੇਰ ਆਪਾਂ ਨੂੰ ਜ਼ਰੂਰੀ, ਆਪਣਾ ਫਰਜ਼ ਹੈ। ਮੇਰੀ ਗੱਲ ਸੁਣ, ਤੇਰੀ ਚਾਚੀ ਦੀ ਕੁੜੀ ਆਪਣੀ ਕੁੜੀ ਤੋਂ ਮਹੀਨਾ ਛੋਟੀ ਤੀ। ਅੱਛਾ। ਉਹ ਜਵਾਕਾਂ ਵਾਲੀ ਹੋ ਗਈ, ਕੁੜੀ ਕੋਲੇ ਕੁੜੀ ਹੈ, 2 ਸਾਲ ਹੋ ਗਏ ਉਹਨੂੰ ਵਿਆਹ ਨੂੰ। ਜੇ ਉਹ ਪੜ੍ਹੀ ਨਹੀਂ, 2 ਕਿੱਲੇ ਵਾਲੇ ਨੂੰ ਵਿਆਹਤੀ, ਨਸ਼ੇੜੀ ਆ, ਸ਼ਰਾਬ ਪੀਂਦਾ, ਆਪਾਂ ਆਪਣੀ ਕੁੜੀ ਡੋਬਣੀ ਤਾਂ ਨਹੀਂ, ਆਪਣੇ ਕੀ ਕੁਛ ਹੈ ਨਹੀਂ ਗਾ ਪੜ੍ਹਾਉਣ ਲੱਗੇ ਉਹਨੂੰ। ਐਡੀ ਕੀ ਗੱਲ ਆ, ਪੜ੍ਹੀ ਜਾਂਦੇ ਬੇਬੇ, ਰਿਸ਼ਤਾ ਤਾਂ ਹੋ ਹੀ ਜਾਣਾ, ਫਿਰ ਅੱਖਾਂ 'ਚ ਕੁਛ ਨਦੇ ਦੇ ਰੋਇਆ ਕਰੇਗੀ ਜੇ ਮਾੜਾ ਟੱਕਰ ਗਿਆ ਅੱਗੋਂ। ਤੁਸੀਂ ਨਹੀਂ ਵੀਰਾ ਕਰਦੇ, ਮੈਨੂੰ ਜਾਣਾ ਪਊ, ਕਰਦੇ ਨਹੀਂ ਰਿਸ਼ਤਾ ਜੇ ਪੜਾਵਾਂਗੇ ਉਹਨੂੰ ਬੇਬੇ, ਮੈਨੂੰ ਜਾਣਾ ਪਊਗਾ, ਤੁਸੀਂ ਨਹੀਂ ਕਰਦੇ। ਆਪ ਤਾਂ ਮੁੱਕ ਜਾਏਗੀ, ਸਾਨੂੰ ਡੰਡ ਲੱਗ ਜੂ, ਸਾਨੂੰ ਔਖਾ ਹੋ ਜੂਗਾ, ਇਹ ਕੰਮ ਕਰੂਗਾ ਕੋਈ ਰੌਲਿਆਂ 'ਚ ਜਾਇਆ ਕਰੂ, ਜੇ ਸ਼ਰਾਬੀ ਕਬਾਬੀ ਮਿਲ ਗਿਆ ਅੱਗੇ, ਚੰਗਾ ਰਿਸ਼ਤਾ ਮਿਲ ਗਿਆ, ਵਧੀਆ ਮੌਜ ਮਾਰਾਂਗੇ ਆਪਾਂ। ਬੇਬੇ ਆ ਯਾਰ, ਬੇਬੇ ਕਹਿੰਦੀ ਵਿਆਹ ਨਹੀਂ ਕਰਦੇ ਪੈ ਜਾਓ, ਉਹੀ ਗੱਲਾਂ ਲੈ ਕੇ ਬਹਿ ਗਈ, ਫਰੀਦ ਦਾ ਕੇ ਵਿਆਹ ਕਰੋ। ਕਿਉਂ? ਅੱਗੇ ਤੇਰੇ ਚਾਚੇ ਦੀ ਇਹਨੇ ਕੁੜੀ ਵਿਆਹਤੀ, ਚਾਚੀ ਨੇ, ਉਹ ਪੀਂਦਾ ਵੀ ਕਿੰਨੀ ਕਿੰਨੀ ਸ਼ਰਾਬ ਹੈ ਬੇਬੇ, ਖਬਰਦਾਰ, ਕੁੜੀ ਵੀ ਘੱਟ ਬੜੀ ਸੀ ਬੇਬੇ। ਹਜੇ ਕੀ ਕਾਲ ਨਹੀਂ ਵਿਆਹ ਦੀ, ਕੋਈ ਨਾ ਵਿਆਹ ਤਾਂ ਹੋ ਹੀ ਜਾਊਗਾ, ਮੈਂ ਕਿਹੜਾ ਇੱਥੇ ਬੈਠੀ ਰਹੂੰਗੀ। ਕੋਈ ਨਾ ਤੂੰ ਟੈਨਸ਼ਨ ਨਾ ਲੈ ਪ੍ਰੀਤ, ਕਿਧਰੇ ਨਹੀਂ ਕਰਦੇ, ਪੜਾਵਾਂਗੇ ਅਸੀਂ, 2 ਅੱਖਰ ਪੜ ਲੈਣ ਦੇ ਨੂੰ, ਹਲੇ ਨੌਕਰੀਆਂ ਧਰੀਆਂ ਪਈਆਂ ਨੇ, ਕੋਈ ਨਹੀਂ ਕਰਮਾਂ ਜੋ ਹੀ ਮਿਲ ਜੂ, ਕੋਈ ਨਹੀਂ ਖੜ ਦੇਣਾ 2 ਥਾਲ। ਨੌਕਰੀ ਨਹੀਂ ਮਿਲੂ, ਮਾਂ ਪੜ ਲਿਖ ਤਾਂ ਵਧੀਆ ਜਾਊਗੀ, ਰਿਸ਼ਤਾ ਤਾਂ ਵਧੀਆ ਮਿਲ ਜੂ, ਕੋਈ ਕਹਾਣ ਨਹੀਂ ਹੈਗੀ ਹਲੇ। ਸਾਨੂੰ ਤਾਂ ਕਾਲ ਨਹੀਂ, ਤੈਨੂੰ ਕਾਹਦੀ ਕਾਲ ਹੈ, ਸਾਨੂੰ ਤਾਂ ਬੋਝ ਲੱਗਦੀ ਨਹੀਂ ਇਹ। ਮੈਂ ਤਾਂ ਆਪ ਜਾਊਂ ਫਿਰ ਦੇਖਣ, ਜੇ ਤੁਸੀਂ ਨਹੀਂ ਜਾਂਦੇ। ਖਬਰ ਦੇ ਬੇ, ਜੇ ਤੂੰ ਕਹਿੰਦਾ ਪਹਿਲਾਂ ਪੜੂਗਾ ਇਹ, ਜਾਏਗੀ ਤੂੰ ਦੇਖਣ, ਬੁੜੀਆਂ ਰਿਸ਼ਤੇ ਦੇਖਣ ਜਾਂਦੀਆਂ ਹੁੰਦੀਆਂ ਨੇ। ਸਭੀ ਜਾਣ ਦੋ, ਲਿਆਉਣੀ ਆਪਣੀ ਤੇ ਚਾਹ ਬਣਾ ਕੇ ਚੱਲ ਅੰਦਰ। ਬੇਬੇ ਤੂੰ ਮੇਰੀ ਗੱਲ ਸੁਣ। ਕੀ ਗੱਲ ਸੁਣਾ? ਮੇਰੀ ਗੱਲ ਸੁਣਾ, ਤੂੰ ਤਾਂ ਪਤਾ ਤੂੰ ਦੀ ਮਾਂ ਜੀ, ਹਾਂ ਤੈਨੂੰ ਫਿਕਰ ਆ, ਫਿਕਰ ਹੈ, ਤੂੰ ਕਰਦੀ ਨਾ ਚਾਚੀ ਦੀ ਗੱਲ ਦਾ ਕੰਮ, ਵੀ ਮੈਂ ਚਾਚੀ ਨੂੰ ਕੁੜੀ ਵਿਆਹਤੀ, ਵਿਆਹਤੀ ਹਾਂ, 2 ਕਿੱਲੇ ਵਾਹਣਦੇ ਨੇ। ਅੱਛਾ। ਪ੍ਰਾਹੁਣਾ ਦਾਰੂ ਪੀਂਦਾ ਹੈਗਾ, ਠੀਕ ਹੈ ਗੱਲ, ਤੈਨੂੰ ਇਹ ਗੱਲਾਂ ਦਾ ਪਤਾ ਨਹੀਂ ਹੈਗਾ, ਪਹਿਲਾਂ ਵਾਲੇ ਜ਼ਮਾਨੇ ਮਗਰ ਫਿਰਦੇ ਤੂੰ ਤਾਂ, ਇਹ ਜੇ ਕੁੜੀ 2 ਅੱਖਰ ਪੜ੍ਹ ਲੂ ਆਪਣੀ, ਕਹਾਂ ਨੌਕਰੀ ਲੱਗ ਜੂ, ਨੌਕਰੀ ਵਾਲਾ ਮਿਲ ਜੂਗਾ, ਨਹੀਂ ਆਪਣੇ ਕੋਲ 5-4 ਕਿੱਲੇ ਨੇ, ਇੰਨੀ ਪਹੁੰਚ ਆਪਣੀ, 5-4 ਕਿੱਲੇ ਨਾਲ ਪਾਉਂਦਾ ਭਾਲ ਲਾਇਆ ਮੁੰਡਾ ਆਪਾਂ, ਠੀਕ ਆ, ਉੱਥੇ ਗੋਹਾ ਕੂੜਾ ਕਰੀ ਜਾਓ ਕੁੜੀ। ਮੇਰੀ ਗੱਲ ਸੁਣ, ਹਾਂ ਜਵਾਨੇ ਕ ਨਹੀਂ ਦੇਖੋ, ਮੈਂ ਮਾਂ, ਮੈਂ ਮੰਨਦਾ ਵੀ ਮਾਂ ਤੂੰ, ਮੈਨੂੰ ਪਤਾ ਨਹੀਂ, ਹਾਂ ਹੈਂ, ਤੁਸੀਂ ਚੁੱਪ ਕਰਕੇ ਨਾ ਕੁੜੀ ਨੂੰ ਵਿਆਹ ਕੇ ਤੋਰ ਦਿਓ, ਮੈਨੂੰ ਨਹੀਂ ਪਤਾ, ਤੈਨੂੰ ਤੇਥੋਂ 2 ਸਾਲ ਛੋਟੀ ਹੈ, ਤੈਨੂੰ 5 ਸਾਲ ਹੋ ਗਏ ਤੇਰੇ ਵਿਆਹ ਨੂੰ। ਬੇਬੇ ਗੱਲ ਸੁਣ ਲਾ, ਮੈਨੂੰ ਵੀ ਫਿਕਰ ਆ ਮੇਰੀ ਭੈਣ, ਕੋਈ ਗੱਲ ਨਹੀਂ, 2 ਅੱਖਰ ਪੜ੍ਹ ਲੈਣ ਦੇ ਉਹਨੂੰ, ਚਾਹ ਦੀ ਘੁੱਟ ਕਰਕੇ ਪੀ ਲੈ ਆਪਦੀ, ਪੀ ਲੈਣਾ ਗਾ, ਹਾਂ ਪਤਾ ਇਹਨਾਂ ਨੂੰ ਇਹਨਾਂ ਗੱਲਾਂ ਦਾ, ਸ਼ਰਮ ਨਹੀਂ ਮੰਨਦੇ ਹੈਗੇ। ਨੀ ਪਰਮਜੀਤ, ਹਾਂ ਭਾਣੀ ਆ ਜਾ, ਸਤਿ ਸ਼੍ਰੀ ਅਕਾਲ ਭਾਣੀ। ਸਤਿ ਸ਼੍ਰੀ ਅਕਾਲ, ਮੈਂ ਤੈਨੂੰ ਐਂ ਕਹਿੰਦੀ, ਹਾਂ ਮੈਂ ਕਿਹਾ ਉੱਧਰ ਛੋਟੇ ਕੇ ਗੀਤ ਗਾਉਣ ਚੱਲਾਂਗੇ ਅੱਜ, ਮੁੰਡੇ ਦਾ ਵਿਆਹ ਹੈ, ਚੱਲਾਂਗੇ, ਜਦੋਂ ਉਹਨਾਂ ਦੇ ਨਹੀਂ ਜਾਵਾਂਗੇ ਹੋਰ ਕਿਤੇ ਜਾਵਾਂਗੇ, ਅਸੀਂ ਕਹਿੰਦੇ ਹਾਂ ਆਪਣੇ ਲਾਣੇ ਦੇ ਨੇ, ਫਿਰ ਆਪਾਂ ਨਾ ਨਾ ਹੱਕ ਬਣਦਾ, ਆ ਜਾਏਗਾ ਕੁੜੇ ਆਏ ਕੇ ਮੁੜਗੀ, ਤੂੰ ਆ ਗੱਲਾਂ ਬਾਤਾਂ ਕਰਾਂਗੇ, ਛੱਡ ਖੜਾ ਆ ਜਾ ਬੱਚੇ, ਫਿਰ ਟਾਈਮ ਲੱਗੂ ਮੈਨੂੰ, ਨਹੀਂ ਆ ਜਾ ਆ ਜਾ, ਟਾਈਮ ਇਹ ਤਾਂ ਚੱਲਦੇ ਹੀ ਰਹਿੰਦੇ ਨੇ, ਆ ਜਾ ਹੋਰ ਬਹਿ ਜਾ 2 ਮਿੰਟ, ਹਾਂ ਮੰਜਾ ਉਹ ਜੇ ਕਰ ਲੈ, ਕਿੱਥੇ ਕਰਾਂ, ਇੱਥੇ ਜੇ ਕਰ ਲੈ, ਛਾਵੇਂ ਜੇ ਜਿੱਥੇ ਕਹੇਗੀ ਉੱਥੇ ਕਰ ਲਓ, ਖੜ ਜਾ ਮੇਰਾ ਮਮਾ, ਨਾ ਲੈ ਮੈਂ ਫੜਦੀ ਹਾਂ, ਹਾਂ ਲੈ ਫੜ ਲੈ, ਠੀਕ ਹੈ, ਇੱਧਰ ਕਰ, ਇੱਧਰ ਹੈ, ਇੱਥੇ ਜੇ ਬਸ, ਲੈ ਇੱਧਰ ਆ ਤੂੰ, ਤੂੰ ਵੱਡੀ ਆ, ਤੂੰ ਇੱਧਰ ਆ, ਕਿਹੜੀਆਂ ਗੱਲਾਂ ਨੇ ਭੈਣੇ, ਹਾਂ ਦੱਸ, ਬਹਿ ਜਾ, ਬਹਿ ਗਈ, ਹਾਂ ਭੈਣੇ ਮੈਂ ਗੱਲ ਛੇੜ ਕੇ ਦੇਖੀ ਤੀ ਜਵਾਕਾਂ ਕੋਲੇ। ਅੱਛਾ। ਮੇਰੇ ਤਾਂ ਦੋਨੇ ਗਲ ਪੈ ਗਏ, ਬਹੂ ਤੇ ਮੁੰਡਾ, ਕਹਿੰਦੇ ਅਸੀਂ ਤਾਂ ਕੁੜੀ ਪੜਾਵਾਂਗੇ। ਨਹੀਂ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ, ਤੁਸੀਂ ਖਰਾਬ ਕਰੀ ਜਾਂਦੇ ਕੁੜੀ ਦੀ ਜ਼ਿੰਦਗੀ।
ਮੈਂ ਮੁੰਡੇ ਨੂੰ ਐਂ ਵੀ ਕਹਿਤਾ ਵੀ ਤੈਨੂੰ ਭਾਈ 5 ਸਾਲ ਹੋ ਗਏ ਵਿਆਹੇ ਨੂੰ। ਹਾਂ ਠੀਕ ਹੈ ਠੀਕ ਹੈ ਵੀ ਤੇਥੋਂ ਇਹ 2 ਸਾਲ ਹੀ ਛੋਟੀ ਹੈ। ਫਿਰ ਤੇਰੇ ਚਾਚੇ ਕੀ ਕੁੜੀ ਨੂੰ ਮਖਾਂ ਤੂੰ ਸਾਹਬ ਲਾ ਲੈ, ਮਹੀਨੇ ਦੀ ਫਰਕ ਤੀ। ਹਾਂ ਇੱਕ ਮਹੀਨਾ ਸਮਾਂ ਹੋਈ ਗੱਲ, ਮਹੀਨਾ ਛੋਟੀ ਸੀ ਮੇਰੀ ਕੁੜੀ, ਤਾਂ ਵੀ ਵਿਆਹ ਕੇ ਤੋਰਤੀ ਮੇਰੀ ਕੁੜੀ ਤੇਰੀ ਕੁੜੀ ਤੋਂ ਮਹੀਨਾ ਛੋਟੀ ਸੀ। ਹਾਂ ਨਾ ਭੈਣੇ ਰਾਮ ਰਾਮ ਕਰ, ਮੈਨੂੰ ਤਾਂ ਕਹਿੰਦੇ ਤੈਨੂੰ ਲੋੜ ਨਹੀਂ ਕੁੜੀ ਦੀ ਗੱਲ 'ਚ ਦਖਲ ਤਾਜੀ ਨਾ ਦੇਈ। ਤੂੰ ਉਹਨਾਂ ਨੂੰ ਹੁਣ ਐਂ ਕਹੇ ਮੇਰੀ ਐ ਤਾਂ ਸੀ ਭੈਣੇ, ਮੈਂ ਤੂੰ ਮੇਰੀ ਗੱਲ ਵੀ ਮਾੜੀ ਜੀ ਸੁਣ, ਤੂੰ ਉਹਨਾਂ ਨੂੰ ਐਂ ਕਹਿਦਾ ਜੇ ਮੈਂ ਮਰ ਗਈ ਮੇਰੇ ਤਾਂ ਢਿੱਡ ਚਪਰਾਗ ਜਾਊਗਾ, ਜੇ ਮੈਂ ਮਰ ਗਈ ਫਿਰ ਮੇਰੀ ਕੁੜੀ ਦਾ ਚਾਹੇ ਤੁਸੀਂ ਮੈਥੋਂ ਬਾਅਦ ਕਿੰਨਾ ਮਰਜ਼ੀ ਲਾ ਦਿਓ, ਨਾ ਤਾਂ ਮੇਰੀ ਕੁੜੀ ਦਾ ਛਾਉ ਨਹੀਂ ਡੁੱਬਣਾ, ਨਾਲੇ ਆਖ ਮੈਂ ਤਾਂ ਫਿਰ ਮੇਰੇ ਤਾਂ ਢਿੱਡ 'ਚ ਗਿਆ ਨਾ ਬਰਾਗ, ਤੂੰ ਆਹ ਮਰੋੜਾ ਦਿਖਾ। ਮੈਂ ਸੱਸਾਂ ਗਰਾਸਾਂ ਦਾ ਕੀ ਪਤਾ, ਮੇਰੀ ਗੱਲ ਸੁਣ ਭੈਣੇ, ਮੈਂ ਜਦੋਂ ਉਹਨਾਂ ਨੂੰ ਇਹੀ ਗੱਲ ਕਹਿਤੀ ਅੱਛਾ ਵੀ ਮੈਂ ਮਾਂ, ਹਾਂ ਮੈਨੂੰ ਫਿਕਰ ਨਹੀਂ। ਹਾਂ ਠੀਕ ਹੈ ਠੀਕ ਹੈ, ਉਹ ਕਹਿੰਦੇ ਤੂੰ ਤਾਂ ਮਰ ਜਾਏਂਗੀ। ਅੱਛਾ ਠੀਕ ਹੈ, ਅਸੀਂ ਕਹਿੰਦੇ ਇਹਦੇ ਮਗਰ ਰੋਜ਼ ਫਿਰੀ ਆਇਆ ਕਰਾਂਗੇ, ਇਕੱਲਾ ਜਾਣਾ ਮੈਂ ਕੀ ਕਰੂੰਗਾ। ਸੁਰ ਤਾਂ ਤੇਜ਼ ਹੈ ਭੈਣੇ ਜਵਾਕ। ਫਿਰ ਉਹ ਤਾਂ ਕਹਿੰਦੇ ਅਸੀਂ ਤਾਂ ਵਿਆਹੁੰਦੇ ਨਹੀਂ, ਅਸੀਂ ਤਾਂ ਪੜਾਵਾਂਗੇ, ਜਿੱਥੇ ਤੱਕ ਸਾਡਾ ਜ਼ੋਰ ਲੱਗਿਆ ਉੱਥੇ ਤੱਕ ਲਾਵਾਂਗੇ, ਅਸੀਂ ਤਾਂ 2 ਸਾਲ ਗੱਲ ਕਿਹੜਾ ਕਰਦੇ ਹਾਂ। ਬੂ 2 ਸਾਲ, ਹਾਂ ਮੈਨੂੰ ਤਾਂ ਆਹ ਗੱਲ ਲੱਗਦੀ ਭੈਣੇ। ਲੈ ਦੱਸ ਮੇਰੀ ਨੂੰ 2 ਸਾਲ ਹੋ ਗਏ ਵਿਆਹੀ ਨੂੰ, ਫਿਰ 4 ਸਾਲਾਂ ਦਾ ਫਰਕ ਪੈ ਜੂਗਾ। ਭੈਣੇ ਤੇਰੀ ਪੁਗਦੀ ਸੀ ਨਾ, ਮੇਰੀ ਤਾਂ ਆਪਦੀ ਪੁਗਦੀ ਸੀ, ਮੈਂ ਤਾਂ ਉਹਦੀ ਕਰਤਾ। ਤੈਂ ਤਾਂ ਥੋੜ੍ਹੇ ਜਿਹੇ ਤੂੰ ਕਰੜੀ ਨਹੀਂ ਹੁੰਦੀ। ਲੈ ਕਰੜੀ ਦਲਜੀਤ, ਮੇਰੇ ਵਾਂਗੂ ਕਰੜੀ ਕੋਰੀ ਹੋ ਜਾ, ਤੇਰਾ ਕੰਮ ਫੇਰ ਬਣੂਗਾ। ਭੈਣੇ ਤੂੰ ਕਹਿੰਦੀ ਆ ਕਰੜੀ ਨਹੀਂ ਹੁੰਦੀ, ਰੰਡੀ ਤੀਵੀਂ ਆ ਮੈਂ, ਕਿਹਦੇ ਸਿਰ 'ਤੇ ਕਰੜੀ ਹੋਵਾਂ ਹੈ। ਫਿਰ ਮੇਰੀ ਗੱਲ ਸੁਣ, ਮੈਂ ਵੀ ਰੰਡੀ ਤੀਵੀਂ ਸੀ, ਮੈਂ ਵੀ ਕਰੜੀ ਹੋ ਕੇ ਕੰਮ ਕਰ ਭੈਣੇ ਚੱਲਦੀ ਸੀ, ਮੇਰੇ ਤਾਂ ਜਵਾਕ ਚੱਲਣ ਨਹੀਂ ਦਿੰਦੇ। ਚੱਲ ਫਿਰਦੀ ਰਹਿ ਭੌਂਕਦੀ, ਤੂੰ ਤਾਂ ਉਵੇਂ ਫਿਰਦੀ ਹੈਗੀ। ਆਹੋ ਫਿਰ ਹੋਰ ਹੁਣ ਕੀ ਕਰਾਂ, ਪੁੱਠੀ ਬਕਾਈ ਤੇਰੀ। ਮੈਨੂੰ ਤਾਂ ਜਵਾਬ ਦੇ ਤਾ ਭੈਣੇ, ਸੁਣ ਲੈ ਗੱਲ ਮੇਰੀ, ਹੁਣ ਮੇਰੇ ਤਾਂ ਬੇਵਾਹ ਹੈ, ਜਿਹੜਾ ਕੁਛ ਜਿੱਦੇ ਵਿਆਹਣਗੇ ਵਿਆਹ ਦੇਣਗੇ। ਤੇਰੇ ਭਾਈ ਨੂੰ ਸੱਦ ਲੈ ਮਰ ਜਾ। ਨਾ ਨਾ ਨਾ, ਤੇਰੇ ਭਾਈ ਨੂੰ ਸੱਦ ਕੇ ਕਹਾ ਨਾ, ਮੇਰੇ ਭਾਈ ਦੀ ਐਵੇਂ ਬੇਇੱਜ਼ਤੀ ਕਰਾਵਾਂ ਮੈਂ, ਜਦੋਂ ਮੇਰੀ ਪੁੱਗਦੀ ਨਹੀਂ ਭਾਈ ਦੀ ਖਿੱਜਾ ਦੇ ਪੁੱਗੂ। ਤੇਰੀ ਤੇਰਾ ਭਾਈ ਕਹੇ ਜਵਾਨਾ ਕਿਹੜਾ ਭਾਈ, ਜੇ ਮੇਰੀ ਭੈਣ ਸਵੇਰ ਨੂੰ ਅੱਖਾਂ ਮੀਚ ਗਈ ਨਾਲੇ ਮੇਰੇ ਪੁੱਤਾਂ ਦੀ ਪੁੱਗਣ ਲੱਗ ਜੂ, ਅੱਜ ਮੇਰੀ ਪੁੱਗਦੀ ਹੈ ਮੈਂ 10 ਰੁਪਏ ਲਾ ਦੂੰ। ਹੈਂ ਤੇਰਾ ਭਾਈ ਵੀ ਕਹੇ ਭਾਈ ਸਵੇਰ ਨੂੰ ਕਹੋਗੇ ਨਾ ਭੈਣੇ, ਮੇਰੀ ਨਹੀਂ ਚੱਲਦੀ। ਚੱਲ ਮਰਜ਼ੀ ਹੈ ਫਿਰਦੀ ਰਹਿ ਭੌਂਕਦੀ, ਹੋਰ ਪੜੀਏ। ਕਿੰਨਾ ਫਿਕਰ ਕਰਦੀ ਹੈ ਵਿਚਾਰੀ ਮੇਰੀ ਧੀ ਦਾ, ਇਹਨੂੰ ਐਂ ਹੋ ਗਿਆ ਜਿਵੇਂ ਮੇਰੀ ਵਿਆਹੀ ਗਈ ਇਹਦੀ ਵੀ ਵਿਆਹੀ ਜਾਵੇ। ਗੱਲ ਕਰ ਹੁਣ ਲਾਦ ਨਹੀਂ ਮੰਨਦੀ, ਹੋਰ ਹੀ ਚੱਲ ਪਈਆਂ ਗੱਲਾਂ ਹੁਣ ਤਾਂ, ਕੀ ਕਰਾਉਣਾ ਤੀ ਪੜਾ ਕੇ। ਬੂ ਇਹ ਤਾਂ ਜਮੀ ਹੱਥ ਖੜੇ ਕਰ ਗਈ ਜੈਰਾ ਖੜੀ, ਇਹਦੀ ਤਾਂ ਵੀਰ ਪੁੱਗਦੀ ਨਹੀਂ, ਇਹਦੇ ਨੂੰਹ ਪੁੱਤ ਦੀ ਪੁੱਗਦੀ ਹੈ। ਹੈਂ ਜੇ ਇਹਦੀ ਕੁੜੀ ਪੜ ਗਈ ਨੌਕਰੀ 'ਤੇ ਲੱਗ ਗਈ, ਬੂ ਮੈਨੂੰ ਤਾਂ ਜਿਉਣਾ ਦੁੱਬਰ ਹੋ ਜੂ। ਵਾਹਗੁਰੂ ਵਾਹਗੁਰੂ, ਇਹ ਤਾਂ ਲਫਾ ਲਫਾ ਗੱਲਾਂ ਕਰਿਆ ਕਰੂ, ਗਾਂ ਫਿਰ ਤਾਕੜਾ ਘਰ ਪਾਲੂ ਨਾ ਵੀਰ। ਓ ਮੈਂ ਗਰੀਬ ਘਰੇ ਵਿਆਹਤੀ ਆਪਦੀ ਧੀ, ਜੇ ਚੰਦਰੀ ਪੜੀ ਨਾ ਦੋ ਜਕ ਜਾਣੀਏ ਪੜ ਜਾਂਦੀ, ਤੇਰਾ ਦਿਮਾਗ ਐਡਾ ਡੱਲ ਕਿਉਂ ਸੀ। ਵਿਆਹ ਵੇ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਹੈ? ਹਾਂ ਵਧੀਆ। ਆ ਡੋਲ ਨਹੀਂ ਨਾ, ਉੱਧਰ ਤੁਸੀਂ ਖੰਡ ਪਾਠ ਆਏ ਦਿਨ ਆਪਣੇ ਘਰੀ ਭੁੱਲ ਗਏ ਸੀਗੇ। ਘਰੇ ਬੈਠੀ ਰੋਜ਼ ਕਹਿੰਦੀ ਆ ਜਾਊਂਗੀ ਲਿਆਉਂਗੀ, ਟਾਈਮ ਹੀ ਨਹੀਂ ਲੱਗਦਾ। ਬਹਿ ਜਾ ਨਾ, ਬਸ ਜਾਣਾ ਮੈਂ, ਚਾਹ ਬਣਾਉਣੀ ਥੋੜੀ। ਨਾ ਨਾ ਬਸ, ਮੰਮੀ ਕਹਿੰਦੀ ਫੜਾ ਦੀ ਨਗਰਾ ਟੱਪਦਾ, ਮੈਂ ਅੱਜ ਇੱਧਰ ਹੀ ਲੰਘਦਾ ਸੀ, ਮੈਂ ਚੱਲ ਫੜਾ ਜਾਣਾ। ਚੱਲ ਵਧੀਆ ਕਰਿਆ, ਹਾਂ ਲੋੜ ਪੈਂਦੀ ਰਹਿੰਦੀ ਹੈ ਸਾਰੇ ਦਿਨ। ਹਾਂ ਠੀਕ ਹੈ ਜੀ, ਹਾਂ ਠੀਕ ਹੈ। ਮੈਂ ਗੱਲ ਸੁਣ ਮੇਰੀ, ਉਰੇ ਆ ਉਰਿਆ। ਹਾਂ ਜੀ। ਆ ਕਿਵੇਂ ਬੈਗ ਜਾ ਚੱਕੀ ਫਿਰਦਾ ਨਾ, ਬੈਠਾ ਤਾਂ ਪਹਿਲਾਂ ਤੂੰ ਮੇਰੇ ਕੋਲ ਬਹਿ ਜਾ, ਹੋਰ ਬੈਠਾ ਚੱਕ ਕੇ ਇੰਨੀ ਫੇਰੀ ਤਰ ਕਿਉਂ ਅੰਦਰ, ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ, ਫਿਰ ਰੋਜ਼ ਬੈਗ ਜਾ ਮਾਨਸਾ ਵੱਲ ਨਹੀਂ ਜਾਂਦਾ, ਕੀ ਕਰਦਾ ਕਾਹਤੇ ਲੱਗ ਗਿਆ ਤੂੰ? ਲੱਗਿਆ ਕਿਤੇ ਨਹੀਂ ਚਾਚੀ, ਮੈਂ ਤਾਂ AI ਦੀ ਪੜ੍ਹਾਈ ਕਰਦਾਂਗਾ। AI ਕੀ AI ਕੀ ਹੁੰਦੀ ਆ ਭਾਈ, ਮੈਨੂੰ ਤਾਂ ਪਤਾ ਨਹੀਂ। ਛੱਡ ਚਾਚੀ, ਤੇਰੇ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਇਹ। ਫਿਰ ਜੇ ਸਮਝਾਵੇਂਗਾ ਪੁੱਤ ਫੇਰ ਹੀ ਸਮਝੂ। ਕੀ ਸਮਝਾਵਾਂ ਹੁਣ ਮੈਂ ਤੈਨੂੰ? ਮੈਂ ਫੋਟੋਆਂ ਐਡੀਟਿੰਗ, ਵੀਡੀਓ ਦੀ ਐਡੀਟਿੰਗ ਕਰਦਾਂਗਾ। ਐਡੀਟਿੰਗ ਭਾਈ, ਤੂੰ ਤਾਂ ਸਿੱਧੀ ਜੀ ਗੱਲ ਕਰ, ਮੈਨੂੰ ਤਾਂ ਦੇਖ ਅਨਪੜ੍ਹ, ਮੈਨੂੰ ਤਾਂ ਆਉਂਦਾ ਨਹੀਂ ਵੀ ਕਿਵੇਂ ਹੁੰਦਾ, ਸਮਾਰ ਕੇ ਦੱਸ। ਮੈਂ ਹੁਣ ਕਿਵੇਂ ਸਮਝਾਵਾਂ ਤੈਨੂੰ? ਐਂ ਮੰਨ ਲਾ ਜਾਂ ਕਿਸੇ ਦੀ ਫੋਟੋ, ਹਾਂ ਉਹਦਾ ਕਿਸੇ ਦਾ ਗਲ ਉਹ 'ਤੇ ਲਾ ਦਾਣਾ ਮੈਂ, ਜਾਂ ਤੇਰੀ ਫੋਟੋ ਲਾ ਲਾ, ਮੈਂ ਤੈਨੂੰ ਇੱਥੇ ਬੈਠੀ ਨੂੰ ਕੈਨੇਡਾ 'ਚ ਦਿਖਾ ਦੂੰਗਾ। ਅੱਛਾ, ਹਾਂ ਐਡਾ ਕੰਮ ਹੈ? ਹਾਂ ਹਾਂ। ਅੱਛਾ ਜੀ, ਅੱਛਾ ਪੂਰਾ ਕੰਮ ਜਮਾਏ ਬਣ ਜੂ, ਜਿਵੇਂ ਹੁਣ ਮਾਏ ਆ ਵੀ ਮੈਂ ਕੈਨੇਡਾ 'ਚ ਫਿਰਦੀ ਹਾਂ। ਹਾਂ ਤੈਨੂੰ ਉੱਥੇ ਕੈਨੇਡਾ ਦੇ ਘਰਾਂ ਮੂਹਰੇ ਖੜਾ ਦੂੰਗਾ ਤੈਨੂੰ ਲਿਜਾ ਕੇ ਤੇਰੀ ਫੋਟੋ। ਇੱਕ ਤੈਨੂੰ ਮੈਂ ਸਵਾਲ ਪਾਵਾਂ? ਹਾਂ ਦੱਸ ਚਾਚੀ। ਮੇਰਾ ਕੰਮ ਕਰੇਗਾ? ਕੀ ਕੰਮ ਆ ਦੱਸੋ?
ਵੀ ਜੇ ਮੈਂ ਤੈਨੂੰ ਮਤਲਬ ਕਿ ਕਿਸੇ ਦੀ ਫੋਟੋ ਫੜਾਵਾਂ ਵੀ ਉਹ ਕਰ ਦੇਗਾ ਇਸ ਲੋੜ 'ਤੇ ਚੇਂਜ ਵੀ ਜਾਂ ਕੋਈ ਵਾਲ ਖੁੱਲ੍ਹੇ ਜਾਂ ਕੋਈ ਫਿਲਮ ਵਾਲੀ ਵੀ ਜਾਂ ਕਿਤੇ ਤੁਰੀ ਆਉਂਦੀ ਦੀ ਬਾਜ਼ਾਰ ਦੇ ਵਿੱਚ ਕੋਈ ਹਿਸਾਬ ਨਾਲ ਹੋਵੇ ਫੋਟੋ ਤਾਂ ਕਰ ਦੂੰਗਾ ਹਾਂ ਕਿਹਦੀ ਕਰਨੀ ਹੈ ਚੱਲ ਕਿਸੇ ਦੀ ਕਰਨੀ ਹੋਵੇ ਐਂ ਮੈਂ ਨੌ ਨਹੀਂ ਧਰਦੀ ਤੂੰ ਦੱਸ ਵੀ ਜੇ ਤਾਂ ਕਰ ਸਕਦਾ ਵੀ ਜਿਵੇਂ ਹੁਣ ਫੋਟੋ ਬਣਾ ਕੇ ਤੂੰ ਫਿਲਮ ਦੇਖਦੀ ਬਣਾ ਸਕਦਾ ਵੀ ਫਿਲਮ ਚ ਬਣਾ ਤਾਂ ਮੈਂ ਦੇਊਂਗਾ ਪਤਾ ਵੀ ਲੱਗੇ ਕਿਹਦੀ ਹੈ ਚੱਲ ਐਂ ਨਹੀਂ ਮੈਂ ਦੱਸਦੀ ਹੈਗੀ ਤੈਨੂੰ ਮੈਂ ਦੱਸਾਂ ਤੂੰ ਕਹਿ ਰਿਹਾ ਤੂੰ ਮੈਨੂੰ ਦੱਸ ਜੇ ਤਾਂ ਬਣਾ ਦੇਗਾ ਬਣਾ ਦੂੰਗਾ ਕੋਈ ਨਹੀਂ ਰੁਪਿਆ ਹਜ਼ਾਰ ਦੇ ਦੂੰ ਹਜ਼ਾਰ ਹਾਂ ਮਿੰਟ ਦਾ ਦੋ ਦਾ ਕੰਮ ਹੀ ਹੈ ਰੁਪਿਆ ਹਜ਼ਾਰ ਬਣਦਾ ਦੋ ਕਹਿਣਾ ਚਾਚੀ 2000 ਰੁਪਏ ਦਾ ਕੰਮ ਹੈ ਇਹ ਅੱਛਾ ਹਾਂ ਬਣ ਜੂਗੀ ਫੋਟੋ ਤਾਂ ਬਣ ਜੂਗੀ 2000 ਰੁਪਇਆ ਖਰਚਾ ਆ ਜਾਂਦਾ ਠੀਕ ਹੈ ਚੱਲ ਦੋ ਹੀ ਦੇ ਦੂੰ ਪਰ ਉਵੇਂ ਹੋਵੇ ਐਂ ਜਾਂ ਤਾਂ ਕੋਈ ਸ਼ਿਮਲੇ 'ਚ ਜਾਂਦੀ ਜਾਂ ਕੋਈ ਆਹ ਦੇਖਦੀ ਫਿਲਮਾਂ ਪਿਚਕਰਾਂ ਜਾਂ ਭਾਈ ਖੁੱਲ੍ਹੇ ਵਾਲ ਹੋਣ ਇਸ ਲੋੜ 'ਤੇ ਬਣਾਉਂਦੀ ਉਹ ਤਾਂ ਚਾਚੀ ਮੈਂ ਆਪੇ ਹੀ ਬਣਾ ਦੂੰ ਤੂੰ ਟੈਨਸ਼ਨ ਨਾ ਲੈ ਤਾਂ ਮੈਂ ਤੈਨੂੰ ਮੋਟਾ ਮੋਟਾ ਦੱਸਿਆਗਾ ਮੈਂ ਆਪੇ ਡੇਟਿੰਗ ਕਰ ਦੂੰ ਇਹ ਤਾਂ ਬਹੁਤ ਵੱਡਾ ਕੰਮ ਹੁੰਦਾ ਗਾ ਕੋਈ ਚੱਕਰ ਨਾ ਮੰਨ ਠੀਕ ਪਰ ਬਣਾਉਣੀ ਕਿਹਦੀ ਐਂ ਤਾਂ ਦੱਸ ਦੇਖ ਮੇਰੀ ਗੱਲ ਸੁਣ ਤੈਨੂੰ ਤਾਂ ਮੈਨੂੰ ਪਤਾ ਹੋਵੇ ਤੀਜੇ ਬੰਦੇ ਨੂੰ ਪਤਾ ਹੋਵੇ ਜਿਹੜੀ ਦਲਜੀਤ ਹੈ ਲੱਛੀ ਦੀ ਭੈਣ ਹੈ ਜਿਹੜੀ ਹਾਂ ਉਹ ਕੁੜੀ ਦੀ ਬਣਾਉਣੀ ਹੈ ਪਤਾ ਨਾ ਨਾ ਰਹਿੰਦੇ ਚਾਚੀ ਤੂੰ ਮਰਵਾਏਂਗੀ ਪਿੰਡ ਦਾ ਕੰਮ ਆਗਾ ਤੂੰ ਛਿੱਤਰ ਪਵਾਏਂਗੀ ਤੂੰ ਦੱਸੀ ਨਾ ਸੋਹਾਂ ਬੌਲਿਆ ਰੁਪਈਆ ਵੀ ਮੈਂ 2000 ਦੇਊਂਗੀ 2000 ਤਾਂ ਦੇਵਾਂਗੀ ਲੱਛੀ ਦੀ ਮਾਂ ਕਿੰਨੀ ਭੈੜੀ ਹੈਗੀ ਤੂੰ ਲੱਛੀ ਦੀ ਮਾਂ ਦੀ ਪਰਵਾਹ ਨਾ ਕਰ ਤੂੰ ਦੱਸੀ ਨਾ ਜਦੋਂ ਮੂੰਹ 'ਚੋਂ ਕੱਢੇਗਾ ਫੇਰ ਹੀ ਪਤਾ ਲੱਗੂ ਮੂੰਹ 'ਚੋਂ ਤਾਂ ਪਤਾ ਨਾ ਨਾ ਲੱਗ ਜੇ ਕਿਸੇ ਨੂੰ ਮੈਂ ਨਹੀਂ ਦੱਸਦੀ ਤੂੰ ਨਾ ਦੱਸੀ ਕਿਤੇ ਨਾ ਮੈਂ ਕੀ ਦੱਸਣਾਗਾ ਬਸ ਫਿਰ ਮੈਂ ਕਰ ਦੇ ਬਣਾ ਦੇ ਰੁਪਈਆ ਤਾਂ 2000 ਦੇ ਦੂੰਗਾ ਇੱਕ ਸ਼ਰਤ ਹੈ ਹਾਂ ਗੱਲ ਆਪਣੇ ਦੋਹਾਂ 'ਚ ਰਹੇ ਮੈਂ ਕਿਹਾ ਤੂੰ ਬੇਸੋਚ ਰਹੇ ਲਿਆ ਫਿਰ ਫੋਟੋ ਲਿਆ ਕੇ ਦੇ ਮੈਨੂੰ ਫੋਟੋ ਖੜ ਜਾ ਲਿਆਉਣੀ ਹੈ ਲਿਆਉਣੀ ਲਿਆਉਣੀ ਹੈ 2 ਮਿੰਟ ਬੈਠ ਕੇ ਰਹਿ ਤੂੰ ਹਾਂ ਚਾਚੀ ਮਰਵਾ ਵੀ ਨਾ ਦੇਵੇ ਪਰ ਰੁਪਈਆ ਵੀ 2000 ਹੈ ਮਹੀਨੇ ਦਾ ਖਰਚਾ ਨਿਕਲਦਾ ਮੋਟਰਸਾਈਕਲ ਦਾ ਤੇਲ ਦਾ ਚੱਲ ਦੇਖੀ ਜਾਊਗਾ ਟਾਈਮ 'ਤੇ ਯਾਦ ਆ ਗਈਆਂ ਮੇਰੇ ਵੀ ਫੋਟੋਆਂ ਤਾਂ ਆਹੀ ਨੇ ਜਿਹੜੀਆਂ ਐਲਬਮ ਵਿੱਚੋਂ ਕੱਢੀਆਂ ਸੀ ਹੈਂ ਚੱਲ ਆਹੀ ਫੋਟੋ ਹੈ ਜਿਹੜੀ ਐਲਬਮ ਵਿੱਚੋਂ ਕੱਢੀ ਸੀ ਬੇ ਲਾਏ ਭਾਈ ਤੇ ਆ ਗਈ ਚਾਚੀ ਤੇ ਆ ਗਈ ਮੇਰੀ ਗੱਲ ਸੁਣ ਤੂੰ ਧਿਆਨ ਨਾਲ ਹਾਂ ਵਿੱਚੇ ਤਾਂ ਦੇਖ ਮੇਰੀ ਕੁੜੀ ਹੈ ਲੈ ਦੇਖ ਲਾ ਇਹ ਐਲਬਮ ਵਿੱਚੋਂ ਕੱਢੀਆਂ ਮੇਰੀ ਕੁੜੀ ਦੇ ਵਿਆਹ ਵੇਲੇ ਠੀਕ ਹੈ ਉਹ ਸਮਝੋ ਉਦੋਂ ਕੱਢ ਲਈਆਂ ਸੀਗੀਆਂ ਵਿੱਚੇ ਤਾਂ ਮੇਰੀ ਕੁੜੀ ਹੈ ਵਿੱਚੇ ਪ੍ਰਾਹੁਣਾ ਦੇਖ ਲੱਛੀ ਦੀ ਭੈਣ ਨੂੰ ਤਾਂ ਤੂੰ ਜਾਣਦੀ ਹੈ ਹਾਂ ਹਾਂ ਉਹ ਤਾਂ ਮੈਨੂੰ ਪਛਾਣ ਆਉਂਦੀ ਹਾਂ ਦਲਜੀਤ ਦੀ ਕੁੜੀ ਨੂੰ ਬਸ ਇਹ ਕਰਤੀ ਕੰਮ ਕੋਈ ਨਹੀਂ ਕਰ ਦੂੰਗਾ ਹਾਂ ਚੰਗਾ ਕੋਈ ਨਹੀਂ ਕੋਈ ਨਹੀਂ ਠੀਕ ਹੈ ਮਾੜਾ ਜਿਹਾ ਗੌਰ ਨਾਲ ਚੰਗਾ ਕੋਈ ਗੱਲ ਨਹੀਂ ਇਹ ਤਾਂ ਤੈਨੂੰ ਮੈਂ ਵਾਪਸ ਹੀ ਫੜਾ ਦੂੰਗਾ ਠੀਕ ਹੈ ਹਾਂ ਹਾਂ ਬਸ ਇਹ ਇਕੱਲੀ ਦੇ ਹਾਂ ਇਕੱਲੀ ਦੀ ਕਰੂੰਗਾ ਕੋਈ ਨਹੀਂ ਹਾਂ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਪਰ ਇੱਕ ਗੱਲ ਸੁਣ ਮੇਰੀ ਫਿਰ ਦੇਵੇਂਗਾ ਕਦੋਂ ਇਹ ਫੋਟੋਆਂ ਫੋਟੋਆਂ ਪਰਸੋਂ ਦੇ ਦੂੰਗਾ ਮੈਂ ਤੈਨੂੰ ਇਹਨਾਂ ਥੋੜ੍ਹਾ ਟਾਈਮ ਦਾ ਕੰਮ ਹੁੰਦਾ ਗਾ ਮੈਂ ਹਿਸਾਬ ਨਾਲ ਕਰੂੰਗਾ ਵੀ ਪਤਾ ਵੀ ਨਾ ਨਾ ਲੱਗੇ ਵੀ ਐਡੀਟਿੰਗ ਕਰੀ ਹੈ ਪਤਾ ਨਾ ਲੱਗੇ ਨਾ ਨਾ ਕੋਈ ਗੱਲ ਨਹੀਂ ਠੀਕ ਹੈ ਬਸ ਤੂੰ ਐਂ ਕਰੀ ਪੈਸੇ ਤਿਆਰ ਰੱਖੀ ਪਰਸੋਂ ਇੱਕ ਹੱਥ ਫੋਟੋ ਫੜ ਲਈ ਤੇ 2000 ਰੁਪਏ ਦੇ ਦੇ ਠੀਕ ਹੈ ਕੋਈ ਨਹੀਂ ਕੋਈ ਨਹੀਂ ਠੀਕ ਹੈ ਚਾਚੀ ਲੈ ਜੀ ਪੈਸੇ ਦੇ ਦਿਆਂਗੇ ਫੋਟੋ ਫੜਾ ਜੀ ਚੱਲ ਹੁਣ ਦਿਲ ਟਿਕਾਣੇ ਹੁੰਦਾ ਜਾਂਦਾ ਹੁਣ ਗੁੱਲੀ ਦਾਣ ਪਊਗੀ ਹੈਂ ਹੁਣ ਤਾਂ ਭਾਵੇਂ ਵਿਆਹ ਜਾਣ ਨਾ ਬਈ ਜੇ ਨਾ ਵਿਆਹੀ ਜੇ ਨੌਕਰੀ 'ਤੇ ਲੱਗ ਗਈ ਮੈਨੂੰ ਤਾਂ ਆਹੀ ਕਲਪਨਾ ਵਧੀ ਪਈ ਹੈ ਮੈਂ ਕਿਵੇਂ ਜਰੂੰਗੀ ਤਕੜੇ ਘਰ ਕੁੜੀ ਨੂੰ ਵਿਆਹੁਣਗੇ ਬੂਹ ਮੈਂ ਗਰੀਬਾਂ ਦੇ ਸਿੱਟੀ ਜੇ ਬੌਲੀ ਨਾ ਪੜ੍ਹੀ ਨਾ ਬਾਈ ਜੇ ਤਾਂ ਆਹ ਕੰਮ ਬਣ ਗਿਆ ਨਾ ਫਿਰ ਅੰਤ ਨਹੀਂ ਬੜਾ ਰੌਲਾ ਚੱਲੀ ਜਾਂਦਾ ਵੋਟਾਂ ਦਾ ਦੇਖੋ ਕਿਹੜਾ ਜਿੱਦਾਂ ਕੀ ਬਣਦਾ ਗਾ ਕੋਈ ਗੱਲ ਨੀ ਪੀਸ ਦੀ ਹੁਣ ਟੈਨਸ਼ਨ ਲੈ ਜਾਂਦੀ ਹੈ 1100 ਰੁਪਏ ਕੀ ਗੱਲ ਆ
ਭਰ ਦਾਂਗੇ ਆਪਾਂ। ਲੱਤ ਜੀ ਨੇ ਮਾਰਤੀ ਨੂੰ ਪੁੱਤੇ ਦੀ ਨੇ, ਅੱਜ ਫੇਰ ਵੱਧ ਦੁਖਣ ਲੱਗ ਗਈ। ਲੈ ਚਾਚੀ ਪੂਰੀ ਮਿਲ ਗਈ, ਮੈਂ ਤੇਰੇ ਕੋਲ ਹੀ ਆਉਂਦਾ ਸੀਗਾ। ਬੇ ਮੈਂ ਵੀ ਥੌਲਾ ਪਵਾਉਣ ਜਾਂਦੀ ਸੀ ਭਾਈ, ਮੇਰੀ ਲੱਤ 'ਚ ਚੀਸਾਂ ਪੈਂਦੀਆਂ, ਬਾਹ ਦਰਦ ਹੁੰਦਾ। ਅੱਛਾ, ਰਿੰਗਣ ਦਾ ਥੌਲਾ ਉਹਨਾਂ ਦੀ ਬੁੜੀ ਪਾ ਲੈਂਦੀ ਹੈ ਮੱਖੀ ਖਾਣੇ ਕੀ। ਹਾਂ ਹਾਂ ਹਾਂ, ਉਹਦੇ ਕੋਲ ਜਾਂਦੀ ਸੀ। ਚੱਲ ਉਹ ਕਰਤਾ ਤੇਰਾ ਕੰਮ। ਚੱਲ ਸ਼ਾਬਾਸ਼ੀ ਮੇਰੇ। ਆਹ ਤੇਰੀ ਪੁਰਾਣੀ ਫੋਟੋ ਆ ਗਈ। ਹਾਂ ਠੀਕ ਹੈ ਭਾਈ, ਠੀਕ ਹੈ। ਅਤੇ ਆਹ ਤੇਰੀ ਉਹ ਕਰਤੀ, ਬਹੁਤ ਖੁੱਲ੍ਹੇ ਵਾਲ, ਇਹ ਤਾਂ ਉਹਦੇ ਮੂਹਰੇ ਨਹੀਂ, ਉਹ ਸਿਨਮਾ ਕਹਿੰਦੇ ਨੇ ਜਿਹੜਾ। ਹਾਂ ਸਿਨਮੇ ਮੂਹਰੇ। ਅੱਛਾ ਠੀਕ ਹੈ, ਮੰਨ ਗਈ ਮੈਂ ਤੈਨੂੰ। ਮੇਰੀ ਇੱਕ ਗੱਲ ਹੋਰ ਸੁਣ, ਮੈਂ ਲੱਗਦਾ ਸਿਨਮਾ ਵੀ ਉਹੀ ਹੈ ਮਾਨਸਾ ਵਾਲਾ। ਹਾਂ ਆਪਣੇ ਮਾਨਸਾ ਵਾਲੇ ਮੂਹਰੇ ਹੈ, ਉਹਦੇ ਮੂਹਰੇ ਖੜਾਈ ਹੈ। ਅੱਛਾ ਅੱਛਾ ਠੀਕ ਹੈ, ਚੱਲ ਆਹ ਤਾਂ ਵਧੀਆ ਕੰਮ ਕਰਿਆ। ਹਾਂ ਹਾਂ ਹਾਂ, ਚੱਲ ਇਹ ਕੀ ਗੱਲ, ਪਹਿਲਾਂ ਪੈਸੇ ਦੇ, ਤੈਨੂੰ ਕਿਹਾ ਸੀ ਇੱਕ ਹੱਥ ਪੈਸੇ ਇੱਕ ਹੱਥ ਫੁੱਟਵਾਂ। ਓਹੋ ਬੇ ਤੂੰ ਐਡਾ ਕੋਰਾ ਕਿਉਂ ਹੋਇਆ ਕੁੱਤਿਆ, ਫੜਾ ਵੇ ਕੋਈ ਨਹੀਂ। ਲੈ ਰਿਸਕਾ ਦਾ ਕੰਮ ਆ ਚਾਚੀ, ਤੈਨੂੰ ਮੈਂ ਪਹਿਲਾਂ ਤਾਂ ਕਿਹਾ ਸੀਗਾ ਵੀ ਮੈਂ ਇੱਕ ਹੱਥ ਪੈਸੇ ਨੂੰ ਇੱਕ ਹੱਥ ਫੁੱਟਵਾਂ। ਚੱਲ ਭਾਈ ਐਡਾ ਕੋਰਾ ਨਹੀਂ ਹੁੰਦੇ ਹੁੰਦੇ, ਜਾ ਵੇ ਪਏ ਕੋਈ ਨਹੀਂ, ਮੈਂ ਲਿਆਉਣੀ ਹੈ ਪੈਸੇ। ਲਿਆ ਲਿਆ ਬੇ, ਲੈ ਭਾਈ ਚੱਕ ਆ ਲੈ, ਇੱਕ ਦੋ ਤਿੰਨ ਚਾਰ। ਠੀਕ ਹੈ ਚਾਚੀ, ਲੇਖਾ ਮਾਮਾ ਤੀ ਆਉਂਦਾ, ਠੀਕ ਹੈ। ਬਸ ਗੱਲ ਯਾਦ ਰੱਖੀ, ਮੇਰਾ ਨਾਂ ਨਾ ਆਵੇ, ਮੈਂ ਤੂੰ ਪਰਵਾਹ ਹੀ ਨਾ ਮੰਨੀ ਇਸ ਗੱਲ ਦੀ। ਹੋਰ ਬਾਈ ਹੋਰੇ ਦਿਖਦੇ ਨਹੀਂ, ਪਰ ਨਾ ਨਾ ਚਾਹਦਾ ਉਸ ਬਾਈ ਹੋਰੇ, ਪਰਸੋਂ ਵੀ ਨਹੀਂ ਸੀਗੇ ਜਿਹੜੇ ਪ੍ਰਾਈਵੇਟ ਡਿਊਟੀਆਂ ਤੇ, ਉਹ ਤਾਂ ਬੈਂਕ 'ਚ ਹੈ। ਹਾਂ ਤੇ ਉਹ ਦੇਖੀ ਬੱਚਿਆਂ ਨੂੰ ਪੜ੍ਹਾਉਂਦੀ ਹੈ। ਹਾਂ ਹਾਂ, ਉਹ ਤਾਂ ਮੈਨੂੰ ਪਤਾ। ਚੱਲ ਠੀਕ ਹੈ, ਚੰਗਾ। ਹਾਂ ਠੀਕ ਹੈ ਬਾਈ। ਨਹੀਂ ਮੈਂ ਮਰ ਜਾ ਭਾਈਆਂ ਦੀ, ਇਹ ਤਾਂ ਸਾਵਣ ਤੱਕ ਉਵੇਂ ਬੈਠੀ ਹੈ, ਜਮੇ ਸੇਮ ਕੋਪੀ, ਭੋਰਾ ਫਰਕ ਨਹੀਂ। ਨਹੀਂ ਮੈਂ ਮਰ ਜਾ, ਦੇਖ ਤਾਂ ਸਹੀ, ਬਾਬਾ ਨਾਨਕ ਕਹਿੰਦਾ ਸੀ ਕਲਯੁੱਗ ਆਊਗਾ, ਕਲਯੁੱਗ ਦੇ ਹਿਸਾਬ ਨਾਲ ਸਭ ਕੁਛ ਬਣਾ ਬਣਾ ਕੇ ਦਿਖਾਈ ਜਾਂਦੇ ਨੇ। ਚੱਲ ਚੰਗਾ, ਪਹਿਲਾਂ ਤਾਂ ਮੈਂ ਆਹ ਫੋਟੋ ਤਰਕ ਜਾਣਾ, ਵਧੀਆ ਲਿਜਾਨੀ ਉਹਦੀ ਮਾਂ ਕੋਲ ਦੇਖਦੀ ਹਾਂ ਪਹਿਲਾਂ, ਥੋੜ੍ਹਾ ਥੋੜ੍ਹਾ ਤਾਂ ਫੇਰ ਹੀ ਪਵਾਊ। ਪਹਿਲਾਂ ਕਿਹੜਾ ਫੋਟੋ ਦਿਖਾ ਕੇ ਆਵਾਂ ਉਹਨੂੰ, ਮੈਨੂੰ ਤਾਂ ਜਿਹੜੀ ਆਰਾਮ ਆਉਂਦਾ ਜਾਂਦਾ ਆਹ ਫੋਟੋ ਦੇਖ ਕੇ। ਕੀ ਕਰਦੀ ਹੈ? ਕੁਛ ਵੀ ਨਹੀਂ ਕਰਦੀ ਭੈਣੇ, ਆਹੀ ਕੁਛ ਹੈ ਮੇਰੇ ਕੋਲ, ਤਾਂ ਹੋਰ ਕੀ ਹੈ। ਹਾਏ ਹਾਏ, ਓਹੋ ਕੀ ਗੱਲ ਕੁੜੇ ਭੈਣੇ, ਆ ਮੂੰਹ ਜਿਹਾ ਲਮਕਾ ਲਿਆ। ਹਾਏ ਹਾਏ ਕੁੜੇ, ਮੂੰਹ ਲਮਕਾਵਾਂ ਨਾ, ਬੈਰ ਨੇ ਜਿਹੜੀਆਂ ਗੱਲਾਂ ਤੋਂ ਡਰਦੇ ਸੀ ਗੱਲਾਂ ਉਹੀ ਹੋ ਗਈਆਂ। ਕਿਵੇਂ? ਹਾਏ ਹਾਏ ਬਾਗਰੂ ਬਾਗਰੂ, ਨੀ ਕੀ ਹੋ ਗਿਆ ਭੈਣੇ? ਨੀ ਮੈਂ ਤੈਨੂੰ ਬਥੇਰਾ ਪਿੱਟੀ, ਨੀ ਮੈਂ ਤੈਨੂੰ ਬਥੇਰਾ ਪਿੱਟੀ, ਭੂ ਮੈਂ ਮੱਚ ਗਈ ਆਹਾ, ਸਾਰ ਗੋ ਨੀ ਆਪਣੀ ਤਾਂ ਇੱਜ਼ਤ ਰੋਲਤੀ ਨੇ ਨਾ ਕੱਖਾਂ ਤੇ ਤੇਰੀ ਛੋਕਰੀ ਨੇ। ਨੀ ਆਈ ਕਿੱਥੋਂ ਇਹ? ਹਾਏ ਕੌਣ ਲਿਆ? ਨੀ ਮੈਨੂੰ ਤਾਂ ਕਿਸੇ ਬੰਦੇ ਨੇ ਦੱਸਿਆ ਸੀ, ਕਈ ਦਿਨ ਹੋ ਗਏ, ਕਹਿੰਦਾ ਐਂ ਕਰਕੇ ਆਇਆ। ਮੈਂ ਕਿਹਾ ਨਾ ਮੈਨੂੰ ਸੱਚ ਨਹੀਂ ਆਇਆ ਉਹਦਾ ਭੈਣੇ, ਮੈਂ ਆਖਾਂ ਮੈਨੂੰ ਸਬੂਤ ਲਿਆ। ਭੂ ਮੈਂ ਮੱਚ ਗਈ, ਪਤਾ ਲਿਆ ਦੇ ਜੇ ਭੂ ਹੁਣ ਕੀ ਕਰਾਂ, ਮੈਂ ਤੈਨੂੰ ਤਾਂ ਪਿੜ ਦੀ ਹੁੰਦੀ ਜੈ ਵੱਢ ਗਏ, ਭੂ ਹੁਣ ਕੀ ਕਰ ਗਏ? ਨੀ ਇਹਨੂੰ, ਹਾਏ 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 ਹਾਏ, ਨੀ ਤੂੰ ਮੇਰੀ ਇੱਕ ਨਹੀਂ ਮੰਨੀ, ਨੀ ਮੈਂ ਮਰ ਜਾ, ਭੂ ਨਹੀਂ ਪੱਟੇ ਗਏ, ਨੀ ਜਮੀ ਪੱਟੇ ਗਏ, ਨੀ ਤੂੰ ਲੱਛੀ ਨੂੰ ਦਿਖਾ ਦੇ ਚੰਦ ਚੜਾਏ, ਹੁਣ ਕੀ ਕਰਾਂਗੇ, ਹੁਣ ਕੀ ਕਰਾਂਗੇ, ਭੂ ਮੈਂ ਮੱਚ ਗਈ। ਹਾਏ ਕੁੜੇ ਮੇਰੇ ਤੇ ਸੌਰਾ ਬਹਿ ਗਿਆ, ਹਾਏ ਮੈਂ ਬਥੇਰਾ ਗਿਆ। ਰੋ ਨਾ ਰੋ ਨਾ ਮੇਰੀ ਭੈਣ, ਨੀ ਮੈਂ ਜਦੋਂ ਫੋਟੋ ਬਣਾ ਤੀ ਭੈਣੇ ਮੇਰੀ ਬੁੱਗੀ ਨੀ, ਨੀ ਮੈਂ ਤਾਂ ਹੀ ਤੈਨੂੰ ਸਾਰੀ ਸਾਰੀ ਕਹਿੰਦੀ ਹੁੰਦੀ, ਮੇਰੇ ਕੋਲ ਤਾਂ ਸਾਲ ਹੋ ਗਿਆ ਗੱਲਾਂ ਨੂੰ ਆਉਂਦੀਆਂ ਨੂੰ, ਤੂੰ ਮੈਨੂੰ ਸੰਭਾਲ ਕੇ ਨਹੀਂ ਦੱਸਿਆ, ਮੇਰੇ ਕੋਲ ਤਾਂ ਸਾਲ ਹੋ ਗਿਆ ਭੈਣੇ ਨਾ ਗੱਲਾਂ ਆਉਂਦੀਆਂ ਨੂੰ, ਵੀ ਆਹ ਕੁਛ ਬਣ ਗਿਆ ਕਰਦੀ ਹੈ ਕੁੜੀ, ਮੈਂ ਤੈਨੂੰ ਸਾਰੀ ਸਾਰੀ ਦੱਸੀ ਗਈ, ਨੀ ਮੋਟੇ ਦਿਮਾਗ ਆ ਗਿਆ ਤੇਰੇ ਦਿਮਾਗ ਚ, ਨੀ ਮੈਂ ਬਥੇਰਾ ਗਿਆ ਭੈਣੇ, ਮੇਰੀ ਕਿਸੇ ਨੇ ਮੰਨੀ ਨੀ, ਮੈਨੂੰ ਤਾਂ ਜਦੋਂ ਬੰਦੇ ਨੇ ਮੈਨੂੰ ਦੱਸਿਆ ਨਾ, ਕਹਿੰਦੇ ਪ੍ਰੀਤ ਕਹਿੰਦੇ ਦਲਜੀਤ ਦੀ ਕੁੜੀ ਲੱਛੀ ਦੀ ਭੈਣ, ਮੈਂ
ਹੋ ਨਹੀਂ ਸਕਦੇ ਸਾਡੇ ਜਵਾਕ ਤਾਂ ਇਹ ਜੇ ਮੈਨੂੰ ਕਹਿੰਦੇ ਗੱਲ ਸੱਚੀ ਹੈ ਮੈਂ ਕਿਹਾ ਜੇ ਸੱਚੀ ਹੈ ਨਾ ਮੈਨੂੰ ਪ੍ਰੂਫ ਦਿਖਾ ਪੱਟੋ ਝੰਡੇ ਚੜਾਤੇ ਕਾਲਜਾਂ ਨੇ ਝੰਡੇ ਚੜਾਤੇ ਦਾੜੀਆਂ ਮਨਾ ਲੈ ਹੁਣ ਤਾਂ ਬਾਹਰ ਨਿਕਲਣ ਜੋਕਰ ਸਾਰੇ ਪਿੰਡ ਚ ਗੱਲ ਤਾਂ ਫੈਲੀ ਪਈ ਆ ਭੈਣੇ ਅਗਲੇ ਅਗਲੇ ਦੇ ਕੋਲੇ ਕਹਿੰਦਾ ਨੀ ਅੱਛਾ ਜੇ ਅਗਲਾ ਹੁਣ ਕਹੂਗਾ ਤਾਂ ਅਗਲਾ ਕਹਿੰਦੇ ਮੇਰੇ ਗੱਲ ਨੂੰ ਉਹ ਤਾਂ ਮੈਂ ਵੀ ਪੋਲੇ ਪੈਰੀ ਨਹੀਂ ਗੱਲ ਕਰੀ ਇਹ ਮੈਂ ਕਿਹਾ ਤੂੰ ਮੂੰਹ ਸਮਾ ਕੇ ਬੋਲ ਪਹਿਲਾਂ ਤਾਂ ਮੈਂ ਉਹਦੇ ਗੱਲ ਪਈ ਮੈਂ ਕਿਹਾ ਗੱਲ ਸੱਚੀ ਹੋਵੇ ਕੱਚੇ ਪੈਰਾਂ ਦੀ ਸਾਡੇ ਤਾਂ ਜਵਾਕ ਹੈ ਨਹੀਂ ਉਹ ਕਹਿੰਦੇ ਮੋੜ ਕੇ ਪੱਕੇ ਪੈਰਾਂ ਦੀ ਮੈਂ ਕਿਹਾ ਪੱਕੇ ਪੈਰਾਂ ਦੀ ਮੈਨੂੰ ਪ੍ਰੂਫ ਦਿਖਾਓ ਚੈੱਕ ਕਰਨ ਲਿਆ ਕੇ ਫੋਟੋ ਦਿਖਾ ਦੇਣੀ ਮੈਂ ਇੱਥੋਂ ਤਾਂ ਲੱਤ ਮੱਚਦੀ ਹੈ ਦਰਦ ਹੁੰਦਾ ਕਈ ਦਿਨ ਹੋ ਗਏ ਚੀਸਾਂ ਪੈਂਦੀਆਂ ਮੈਂ ਤਾਂ ਮੱਖੀ ਖਾਣੀ ਕੀ ਬੁੜੀ ਕੋਲ ਜਾਂਦੀ ਸੀ ਥੌਲਾ ਪਵਾਉਣ ਨਹੀਂ ਭੈਣੇ ਉੱਥੋਂ ਪੁੱਠੀ ਮੁੜ ਪਈ ਮੈਂ ਤਾਂ ਕੋਈ ਨਾ ਭੈਣੇ ਆਉਣ ਦੇ ਮੁੰਡੇ ਨੂੰ ਪੜਾਤੀ ਨਾਲੇ ਬਹੂ ਨੂੰ ਆਉਣ ਦੇ ਤਾਂ ਸਹੀ ਮੈਂ ਪੁੱਛੂਗੀ ਕਰਦੇ ਜੇ ਲਿਕਦੀ ਹਜੇ ਵੀ ਕੁਛ ਨੀ ਵਿਗੜਿਆ ਹੁਣ ਤਾਂ ਹੁਣ ਤਾਂ ਮੈਂ ਕਿੱਥੇ ਭੈਣੇ ਰਾਂਦ ਕੱਟੂ ਹੁਣ ਤਾਂ ਹੱਥੋਂ ਨੀ ਤੋਰ ਮੈਂ ਕਿਹਾ ਮੈਂ ਤਾਂ ਖੁੱਡ ਵੀ ਨੀ ਫਾੜਦੀ ਹੁਣੇ ਕੱਟੂ ਰਾਂਦ ਮੈਂ ਤੋਰੀ ਵੀ ਹੱਥੋਂ ਨੂੰ ਹਾਂ ਨਾ ਹੱਥੋਂ ਕੱਟੂ ਰਾਂਦ ਦੇਖਣ ਸਾਰ ਉਹਦੀ ਵੀ ਲੈ ਜਾ ਭਾਈ ਚੁੰਨੀ ਚੜਾ ਕੇ ਨਹੀਂ ਹੁਣ ਫਿਰ ਮੈਂ ਕੀ ਕਰਾਂ ਮੁੰਡੇ ਤੇ ਬਹੂ ਨੂੰ ਬੁਲਾਵਾਂ ਤੇਰੇ ਕੋਲੇ ਭੈਣੇ ਮੇਰੇ ਕੋਲ ਤਾਂ ਕਿਉਂ ਬੁਲਾਵੇਂਗੀ ਜਦੋਂ ਸਾਹਮਣੇ ਸੀਸਾ ਪਿਆ ਦੇਖੀ ਜਾਇਓ ਮੂੰਹ ਮੈਂ ਤਾਂ ਗਈ ਫੜਾ ਮੈਂ ਤਾਂ ਥੌਲਾ ਪਵਾ ਕੇ ਲਿਆਉਣੀ ਹੈ ਮੈਂ ਤਾਂ ਉਦੋਂ ਵੀ ਜ਼ਿਆਦਾ ਦਰਦ ਹੋ ਗਿਆ ਲੱਤ 'ਚ ਲਾਏ 'ਚ ਚੀਸਾਂ ਪੈਣ ਮੇਰੀ ਜਾਨ ਬੌੜੀਆਂ ਪਾਵੇ ਭੈਣੇ ਜਦੋਂ ਆਹ ਫੋਟੋ ਫੜਾਤੀ ਫਿਰ ਤਾਂ ਲੱਗੇ ਵੀ ਇੱਥੇ ਡਿੱਗ ਪਾ ਮੈਂ ਤਾਂ ਡਿੱਗਦੀ ਪੈਂਦੀ ਦੇਖ ਤੇਰੇ ਕੋਲ ਮਸਾਂ ਹੁਣ ਤੈਨੂੰ ਮੈਂ ਦੱਸ ਦਿਆਂ ਗੱਲ ਵੀ ਭੈਣੇ ਹਾਏ ਹਾਏ ਮੈਂ ਤਾਂ ਨਾ ਭੈਣੇ ਹੁਣੀ ਕੱਟੂ ਰਾਂਦ ਮੈਂ ਮੁੰਡੇ ਦੇ ਬਹੂ ਨੂੰ ਬੁਲਾ ਲਾਂ ਜੇ ਕੁਛ ਹੋਰ ਝੰਡਾ ਚੜਾਉਣਾ ਰੱਖ ਲੈ ਨਾ ਨਾ ਹੁਣ ਤਾਂ ਚੜ ਗਿਆ ਮੈਂ ਤਾਂ ਭੈਣੇ ਜਾਂਦੀ ਹਾਂ ਮੈਂ ਤਾਂ ਥੌਲਾ ਪਵਾਉਣੀ ਤੇਰੇ ਨੂੰ ਨੇ ਆਪਦੇ ਘਰੇ ਕੋਈ ਰਾਏ ਕਰੋ ਪਾਸ ਕਰੋ ਮੇਰੇ ਤਾਂ ਲੱਤ ਦਾ ਬੁਰਾ ਹਾਲ ਹੋ ਗਿਆ ਇਹਨੇ ਆ ਤੇਰੀ ਛੋਕਰੀ ਨੇ ਦੂਜਾ ਦੇ ਦਰਦ ਹੋਣ ਲਾਤਾ ਮੇਰੇ ਤਾਂ ਸੱਚੀ ਗੱਲ ਹੈ ਬਾਲਾ ਵਾਧਾ ਵਧਿਆ ਪਿਆ ਮੇਰੇ ਤਾਂ ਲੱਤ ਦਾ ਵੀ ਕੁੜੇ ਵੀਰਪਾਲ ਬੂ ਇਹ ਤਾਂ ਵੀਰਪਾਲ ਨੂੰ ਬੋਲ ਮਾਰਨ ਲੱਗ ਗਈ ਕਿਤੇ ਪਤਾ ਵੀ ਨਾ ਲੱਗ ਜੇ ਭੱਜ ਆਪਣੇ ਮੈਂ ਨਾ ਦੇ ਸਜਾਂ ਕਿਤੇ ਵੀਰਪਾਲ ਨੂੰ ਹੋਰ ਤਾਂ ਮੈਨੂੰ ਕੋਈ ਡਰ ਨਹੀਂ ਹਾਏ ਹਾਏ ਚਲ ਹੁਣ ਆਪਦੀ ਕਿਵੇਂ ਬਣੀ ਨਿਬੇੜਨ ਪਰ ਇੱਕ ਗੱਲ ਹੋਰ ਹੈ ਮੈਂ ਤਾਂ ਆਪਦੀ 2 ਕਿੱਲਿਆਂ ਵਾਲੀ ਵਿਆਹੀ ਦਿੱਤੀ ਇਹ ਹੁਣ 2 ਕਿੱਲੇ ਵੀ ਨਹੀਂ ਪਾੜਦੇ ਜਿਹੜਾ ਡਰਾਮਾ ਕਰਨਾ ਸੀ ਕਰਕੇ ਦਿਖਾ ਤਾ ਮੈਂ ਤਾਂ ਇਹਨਾਂ ਨੂੰ ਹਾਂ ਚਲ ਹੁਣ ਪਤਾ ਨਹੀਂ ਕੀ ਰਾਏ ਬਣਾਉਣਗੀਆਂ ਕੀ ਨਾ ਕੀ ਹੋ ਗਿਆ ਬੇਬੇ ਬਾਜਾ ਮਾਰੀ ਜਾਂਦੀ ਸੀ ਆ ਜਾ ਵਾ ਗਿਆ ਆ ਜਾ ਦੱਸੂਗੀ ਕੀ ਹੋ ਗਿਆ ਆ ਦੇ ਹਾਏ ਬੇਬੇ ਆ ਕੀ ਕਰ ਰੱਖਿਆ ਇਹਨੇ ਖੁੱਲੇ ਵਾਲ ਆ ਸਿਲਮਿਆਂ ਚ ਹੈ ਹਾਏ ਤਾਂ ਸਿਲਮੇ ਚ ਮਿਲਦੀ ਹੈ ਆ ਦੇਖ ਲੈ ਹਾਏ ਇਹਨਾਂ ਜਮੀ ਮਿੱਟੀ ਚ ਮਿਲਾ ਦੇ ਫੜਾ ਲੋ ਹਾਏ ਬੇਬੇ ਮੈਂ ਤਾਂ ਇਹਦਾ ਇੰਨਾ ਕਰਦੀ ਸੀ ਦੇਖ ਲੈ ਫਿਰ ਅੱਛੀ ਇੰਨਾ ਕਰਦਾ ਸੀ ਇਹਦਾ ਤੁਸੀਂ ਪੱਟੀ ਬੰਨਣ ਨਹੀਂ ਦਿੱਤੀ ਮੇਰੀ ਇੱਜ਼ਤ ਨਾ ਮਿੱਟੀ ਜ਼ਰੂਰ ਦੀ ਤੇਰੀ ਕਿਹੜਾ ਕੱਲੀ ਦੀ ਰੂਲੀ ਆ ਬੇਬੇ ਸਾਡੀ ਕਿਹੜਾ ਰੂਲੀ ਨਹੀਂ ਨਾਲ ਹੁਣ ਮੁੰਡੇ ਨੂੰ ਮਰਨਾ ਪਊ ਉਸ ਨੂੰ ਆ ਕੁਛ ਦੇਖ ਕੇ ਹਾਏ ਬੇਬੇ ਮੈਂ ਤਾਂ ਕਦੇ ਨੰਦ ਸਮਝੇ ਨਹੀਂ ਸੀ ਮੈਂ ਤਾਂ ਆਪਦੀਆਂ ਭੈਣਾਂ ਵਾਂਗੂ ਸਮਝਦੀ ਤੇ ਛੋਟੀਆਂ ਵਾਂਗੂ ਕਦੇ ਮੂਲੀਆਂ ਵਾਲੇ ਪਰੌਂਠੇ ਜਿਹੜੀ ਚੀਜ਼ ਕਹਿੰਦੀ ਮੈਨੂੰ ਉਹੀ ਕਰਕੇ ਦਿੰਦੀ ਕਾਲਜ ਜਾਂਦੀ ਤੁਸੀਂ ਗੁੱਸਾ ਕਰਿਆ ਤੇਰੀ ਚਾਚੀ ਦਾ ਉਹਨੇ ਕੁੜੀ ਆਪਦੀ ਇੱਜ਼ਤ ਨਾਲ ਵਿਆਹ ਕੇ ਤੋਰਤੀ ਆ ਦੇ ਕੇ ਕੌਣ ਗਿਆ ਕਿੱਥੋਂ ਲਿਆਈ ਤੂੰ ਇਹਨੂੰ ਕਿਤੋਂ ਲਿਆਈ ਸਬੂਤ ਦੇ ਗਿਆ ਅਗਲਾ ਹਾਏ ਬੇਬੇ ਕੀ ਬਣੂਗਾ ਹੁਣ ਲੱਛੀ ਹਾਏ ਇਹਨੇ ਜਮੀ ਮਾਰਤਾ ਬਲਾ ਲਓ ਇਹਨੇ ਜਿਉਂਦਾ ਮਾਰਤਾ ਵਿਚਾਰੇ ਨੂੰ ਦੇਖ ਲੈ ਪੜਾਉਂਦੇ ਤੇ ਤੁਸੀਂ ਮੈਂ ਬਥੇਰਾ ਪਿੱਟਿਆ ਵੀ ਨਾ ਪੜਾਓ ਕੁੜੇ ਨਾ ਪੜਾਓ ਹੁਣ ਦੇਖ ਲੈ ਹੁਣ ਮੁੱਦੀ ਕਿਉਂ ਮਾਰਤੀ ਹੁਣ ਕੀ ਦੇਖੀਏ ਸਵਾਹ ਦੇਖੀਏ ਬਲਾ ਲੈ ਹੁਣ ਉਹਨੂੰ ਮੁੰਡੇ ਨੂੰ ਕਿੱਥੇ ਮਰਿਆ ਹੁਣ ਉਹਨੂੰ ਦੱਸਾਂ ਵਿਆਹ ਚੰਦ ਚੜਦਾ ਹੈ ਹਾਂ ਦੱਸਣਾ ਪਊਗਾ ਬਲਾ ਉਸ ਨੂੰ ਹਜੇ ਦੱਸੋਗੇ ਨਹੀਂ ਖੇਤ ਆ ਬੇਬੇ ਫਿਰ ਲੱਛੀ ਨੂੰ ਕਰਦੀਆਂ ਫੋਨ ਕਰਦੇ ਫੋਨ ਕਰਕੇ ਫੂਕ ਦੇ ਨਹੀਂ ਮੈਂ ਤਾਂ ਜਮੀ ਮਰ ਗਈ ਤੁਸੀਂ ਮਾਰਤੀ ਮੈਂ ਨਹੀਂ ਮਰਦੀ ਤੀ ਲਾ ਦੀ ਮਰ ਪਾਉਂਦੀ ਹੈ ਹਾਏ ਹੈਲੋ ਹਾਏ ਘਰ ਆਇਓ ਮਾੜਾ ਜਿਹਾ ਕੰਮ ਸੀਗਾ ਹਾਂ ਛੇਤੀ ਆ ਜਾਓ ਚੰਗਾ ਆਉਂਦਾ ਬੇਬੇ ਉੱਥੇ ਕਾਹਨੂੰ ਦੱਸਣਾ ਮਹਾਂ ਕਿਵੇਂ ਆਊਗਾ ਘਰੇ ਘਰੇ ਆਏ ਨੂੰ ਦੱਸ ਦਾਂਗੇ ਹਾਏ ਹੁਣ ਦੱਸੇਂਗੀ ਹੁਣ ਦੱਸੋ ਪਤਾ ਲੱਗੂਗਾ ਮੈਂ ਬਥੇਰਾ ਪਿੱਟੀ
ਮੈਂ ਤਾਂ ਜਦੋਂ ਕਰਲੋ ਜਿਹੜਾ ਕੁਛ ਕਰੋਗੇ ਮੈਂ ਤਾਂ ਅੱਜ ਤੋਂ ਪਿਆਰ ਨਾਲ ਆਪੇ ਸਮਝਾ ਲਾਂਗੇ ਚੰਗਾ ਹੁਣ ਕੀ ਸਮਝਾਵੇਂਗੀ ਕੋਈ ਨਾ ਤੂੰ ਨਾ ਉੱਚੀ ਉੱਚੀ ਬੋਲੀਗੀ ਤੇ ਆਂਟੀ ਗਵਾਂਢੀਆਂ ਨੂੰ ਸੁਣਾਈ ਜਾਵੇਂ ਜਦੋਂ ਘਰੇ ਆਈ ਨਾ ਆਪਾਂ ਨੂੰ ਪਿਆਰ
ਆ ਗਲਤੀ ਚੱਲ ਕੋਈ ਨਾ ਜਿਹੜਾ ਕੁਛ ਹੋ ਗਿਆ ਕੋਈ ਨਾ ਪੁੱਛਾਂਗੇ ਉਹਨੂੰ ਆਈ ਨੂੰ ਅਜੇ ਤਾਂ ਭੁੱਖ ਵੀ ਬਾਹਲੀ ਲੱਗੀ ਪਈ ਹੈ ਉੱਤੋਂ ਬਾਈ ਨੇ ਵੀ ਐਂ ਕਹਿ ਤਾ ਅੱਜ ਮੈਨੂੰ ਖੇਤ ਕੰਮ ਹੈ ਪ੍ਰੀਤ ਤੂੰ ਆਪੇ ਤੁਰ ਕੇ ਵਗ ਜਾਈ ਅੱਡੇ ਤੋਂ ਘਰੇ ਜਾ ਕੇ ਭਾਬੀ ਨੂੰ ਕਹਿੰਦੀ ਮੈਨੂੰ ਕੁਛ ਬਣਾ ਕੇ ਦੇ ਬੇਬੇ ਬੇਬੇ ਅੱਜ ਤਾਂ ਬਾਹਲੇ ਲੈਕਚਰ ਲੱਗੇ ਰੋਟੀ ਖਾਂਦਾ ਵੀ ਟਾਈਮ ਨਹੀਂ ਲੱਗਿਆ ਭਾਬੀ ਕਿੱਥੇ ਬੇਬੇ ਕਿਵੇਂ ਸਿਰ ਜਾ ਬਣਨੀ ਪਈਆਂ ਕੀ ਹੋ ਗਿਆ ਬੀਬੀ ਵੱਧ ਗਿਆ ਤੇਰਾ ਬੀਬੀ ਵੱਧ ਗਿਆ ਕੀ ਹੋ ਗਿਆ ਬੇਬੇ ਤੇਰੀ ਨੀ ਆ ਦੇਖ ਕੌਣ ਦੇਖ ਬੇਬੇ ਹੈਗੀ ਤੇ ਮੇਰੇ ਵਰਗੀ ਹੈ ਤੇਰੇ ਵਰਗੀ ਹਜੇ ਤੂੰ ਤੇਰੇ ਵਰਗੀ ਕਹਿੰਦੀ ਬੇਬੇ ਮੈਂ ਨਹੀਂ ਹੈਗੀ ਹੋਰ ਤੂੰ ਕਿਉਂ ਨਹੀਂ ਹੈਗੀ ਮੈਂ ਨਹੀਂ ਜਾਣਦੀ ਕੌਣ ਨੇ ਇਹ ਤੂੰ ਜਾਣਦੀ ਨਹੀਂ ਨਾ ਬੇਬੇ ਕੌਣ ਹਜੇ ਜਾਣਦੀ ਨਹੀਂ ਹੈਗੀ ਕੋਈ ਨਾ ਬੇਬੇ ਪਰ ਪ੍ਰੀਤ ਤੂੰ ਜਮਾ ਨਹੀਂ ਸੋਚਿਆ ਸਾਡੇ ਬਾਰੇ ਅਸੀਂ ਬੇਬੇ ਨਾਲ ਲੜ ਕੇ ਕਿਵੇਂ ਤੇਰਾ ਸਭ ਕੁਝ ਕੀਤਾ ਸੀ ਬੇਬੇ ਤੇ ਤੈਨੂੰ ਕਿੱਦਾਂ ਦੀ ਵਿਆਹ ਕੇ ਤੋੜ ਦਿੰਦੀ ਵੜ ਦਿੰਦੀ ਤੇਰਾ ਜੂੜ ਭਾਬੀ ਮੈਨੂੰ ਨਹੀਂ ਪਤਾ ਇਹ ਫੋਟੋ ਕਿਵੇਂ ਆਈ ਹੈ ਹਜੇ ਕਹਿੰਦੀ ਤੈਨੂੰ ਪਤਾ ਨਹੀਂ ਹਜੇ ਪਤਾ ਨਹੀਂ ਹਾਏ ਭਾਬੀ ਮੈਂ ਉਹਦੇ ਕੰਮ ਕਿਉਂ ਕਰੂੰਗੀ ਬੀਬੀ ਵੱਧ ਗਿਆ ਤੇਰੇ ਸਾਹਮਣੇ ਬੀਬੀ ਥੋੜਾ ਪਤਾ ਮੇਰਾ ਤਾਂ ਸਪਰੇਅ ਪੀਣ ਨੂੰ ਜੀ ਕਰਦਾ ਹੈ ਕਹਿੰਦਾ ਸੀ ਜਿਉਂਦੇ ਮਾਰਤੇ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ ਕਿਸੇ ਨੂੰ ਆ ਦੇਖ ਲੈ ਪੜਾ ਲੈ ਹੈ ਪ੍ਰੀਤ ਲੈ ਲੈ ਸਾਈਡ ਇਹ ਤਾਂ ਮਾਨਸਾ ਸਰਮਾ ਪ੍ਰੀਤ ਤੂੰ ਕਦੋਂ ਵਾਗੀ ਮੈਂ ਨਹੀਂ ਹੈਗੀ ਮੈਂ ਨਹੀਂ ਗਈ ਹੈ ਤੇ ਹੋਰ ਕੌਣ ਹੈ ਅਜੇ ਵੀ ਮੈਂ ਨਹੀਂ ਗਈ ਦੇਖ ਲੈ ਜੇ ਕਿਸੇ ਨੂੰ ਕਿਹਾ ਹੋਵੇ ਫਿਰ ਤਾਂ ਮੰਨੀ ਗੱਲ ਆ ਜੇ ਮੱਖਾ ਸਾਹਮਣੇ ਤਸਵੀਰ ਹੈ ਫੋਟੋ ਤੇਰੀ ਬਈ ਮੈਂ ਤਾਂ ਕਾਲਜ ਹੀ ਜਾਂਦੀ ਹੁੰਦੀ ਮੈਨੂੰ ਨਹੀਂ ਪਤਾ ਇਹ ਕਿਵੇਂ ਬਣੀ ਫੋਟੋ ਆਇਆ ਕਿਵੇਂ ਬਣੀ ਤੇਰੇ ਮੈਂ ਬੇਬੇ ਨਾਲ ਕਿੰਨਾ ਲੜਦਾ ਰਿਹਾ ਹੁਣ ਕੀ ਕਰੋਗੇ ਕਿੰਨੇ ਫੀਸਾਂ ਭਰੀਆਂ ਤੇਰੀਆਂ ਆ ਤਾਂ ਕੋਲਤੀ ਕਰ ਤੂੰ ਤਾਂ ਬਹੁਤ ਇੱਜ਼ਤ ਬਣਾਤੀ ਤੈਨੂੰ ਮੇਰੀ ਮੇਰਾ ਤਾਂ ਜੀ ਕਰਦਾ ਵੀ ਗਲ ਦੱਬਦਾ ਬੇਬੇ ਗੱਲ ਸੁਣ ਲਾ ਹੁਣ ਇਹਨੂੰ ਚੰਗੇ ਕਰ ਵਿਆਹ ਮਾੜੇ ਕਰ ਵਿਆਹ ਮੈਂ ਨਹੀਂ ਕੁਛ ਕਹਿੰਦਾ ਹੁਣ ਮੈਂ ਤੇਰੇ ਮਗਰ ਆ ਲੜ ਲੜ ਕੇ ਫੀਸਾਂ ਭਰਦੇ ਤੇ ਲੱਗ ਗਿਆ ਪਤਾ ਮੈਨੂੰ ਕੀ ਪਤਾ ਸੀ ਵਿਆਹ ਕਰੇ ਕਰੂ ਇਹ ਬੇਬੇ ਸਾ ਚਾਚੀ ਦੀ ਕੁੜੀ ਦੇਖ ਕੇ ਕੀ ਨਹੀਂ ਕਹਿੰਦੇ ਸੀ ਵੀ ਵਿਚਾਰੀ ਨੂੰ ਬੈਲੀ ਕਵਾਬੀ ਟੱਕਰੇ ਸ਼ਰਾਬੀ ਆਪਣੇ ਨਾਲ ਨਾ ਬਣ ਜੇ ਅਸ ਤਾਂ ਐ ਸੋਚਦੇ ਸੀ ਵੀ ਇਹਨੂੰ ਪੜਾ ਦਈਏ ਵਧੀਆ ਇਹਨੇ ਜਿੱਦ ਬਣਾ ਦੀ ਪੂਰੀ ਪੜਾ ਲਓ ਹੁਣ ਹੁਣ ਪੜਾ ਲਓ ਬਾਈ ਐ ਨਾ ਕਰੋ ਬਾਕੀ ਤੁਹਾਡੀ ਮਰਜ਼ੀ ਜਿਵੇਂ ਕਰਨਾ ਕਰ ਲਓ ਪਰ ਮੇਰਾ ਜਿਹੜਾ ਪੇਪਰ ਕਰਨਾ ਮੈਂ ਟੀਚਰ ਦਾ ਉਹਦਾ ਮੇਰਾ ਕਰਵਾ ਦਿਓ ਪੇਪਰ ਦੇਖ ਲੈ ਚੱਲ ਬੇਬੇ ਫਿਰ ਕਰਾ ਦੇ ਫਿਰ ਹੋਰ ਕੀ ਇੱਕ ਪੇਪਰ ਹੈਗਾ ਹੋਰ ਕੀ ਹਜੇ ਕਰਾਉਂਗੇ ਪੇਪਰ ਕਰਾ ਦੋ ਕਰ ਲੋ ਜਿਹੜਾ ਕੁਝ ਕਰਨਾ ਹੈ ਨਾਲ ਲੈ ਜੂ ਨਾਲ ਲੈ ਜੂਣ ਪੇਪਰ ਤਾਂ ਦਬਾਉਣਾ ਰਹਿਣ ਦੇ ਜਿਹੜਾ ਕੁਝ ਕਰਨਾ ਕਰ ਲੋ ਆ ਕੁਝ ਮੇਰੀ ਗੱਲ ਸੁਣ ਲਾ ਫਿਰ ਵੀ ਤੂੰ ਮੇਰੀ ਭੈਣ ਆ ਕੋਈ ਗੱਲ ਨਹੀਂ ਦੱਸ ਦੇ ਕੌਣ ਆ ਇਹ ਕਦੋਂ ਗਈ ਸੀ ਫਿਲਮ ਦੇਖਣ ਨੂੰ ਬਾਈ ਤੁਸੀਂ ਮੰਨਦੇ ਕਿਉਂ ਨਹੀਂ ਮੇਰੀ ਗੱਲ ਜਦੋਂ ਮੰਨਦੇ ਕਿਉਂ ਨਹੀਂ ਫੋਟੋ ਸਾਹਮਣੇ ਪਈ ਆ ਜਦੋਂ ਮੈਂ ਗਈ ਨਹੀਂ ਮੈਂ ਨਹੀਂ ਗਈ ਕਿਤੇ ਵੀ ਗਈ ਨਹੀਂ ਹੋਰ ਫੋਟੋ ਹੀ ਬਣ ਕੇ ਆ ਗਈ ਇਹ ਮੈਨੂੰ ਨਹੀਂ ਪਤਾ ਬਾਈ ਫੋਟੋ ਕਿਵੇਂ ਬਣੀ ਹੈ ਕਰਾਂ ਤੂੰ ਬਈ ਅੱਜ ਦਾਖਲਾ ਭਰਨਾ ਅੱਜ ਫੀਸ ਭਰਨੀ ਆ ਅੱਜ ਟਿਊਸ਼ਨ ਫੀਸ ਭਰਨੀ ਆ ਘਰੋਂ ਬਾਹਰ ਲੈ ਕੇ ਪੈਸੇ ਆ ਕੁਛ ਕਰਦੀ ਨਹੀਂ ਜਾ ਕੇ ਤੂੰ ਉੱਥੇ ਨਾ ਨਾ ਬਾਈ ਹੁਣ ਮੈਨੂੰ ਵੀ ਪਤਾ ਤੁਸੀਂ ਮੇਰੇ ਨਾਲ ਇੰਨਾ ਉਹ ਕਰਦੇ ਹੋ ਪ੍ਰੀਤ ਤੂੰ ਸੱਚ ਦੱਸ ਦੇ ਮੈਨੂੰ ਹੁਣ ਵੀ ਤੇਰਾ ਉਨ ਨਹੀਂ ਆਉਂਦਾ ਮੈਂ ਤੇਰਾ ਭਰਾ ਗਾ ਬਾਈ ਕੋਈ ਗੱਲ ਨਹੀਂ ਪੇਪਰ ਵੀ ਤਾਂ ਦਵਾਉਂਗਾ ਕੋਈ ਗੱਲ ਨਹੀਂ ਮੈਂ ਬੇਬੇ ਨੂੰ ਵੀ ਕਹਿਦਾ ਭਰੂੰਗਾ ਫੀਸ ਭਰੀ ਨਹੀਂ ਸੀ ਹਲੇ ਮੈਂ ਭਰ ਦੂੰ ਕੋਈ ਗੱਲ ਨਹੀਂ ਪਰ ਸੱਚ ਗੱਲ ਦੱਸ ਦੇ ਕੀ ਆ ਸੱਚ ਦੱਸ ਦੇ ਪ੍ਰੀਤ ਦੱਸੀ ਤਾਂ ਨਹੀਂ ਬਾਈ ਕੋਈ ਗੱਲ ਨਹੀਂ ਹੈਗੀ ਮੈਨੂੰ ਤਾਂ ਆਪਣੀ ਪਤਾ ਹੈ ਫੋਟੋ ਕਿਵੇਂ ਆਈ ਹੈ ਮੈਂ ਉਹਦਾ ਕੰਮ ਕਿਉਂ ਕਰੂੰਗੀ ਫਿਰ ਹੋਰ ਨਾ ਕਿਸੇ ਦੀ ਆ ਗਈ ਬਣ ਕੇ ਤੁਸੀਂ ਤਾਂ ਮੇਰੇ ਪਿੱਛੇ ਬੇਬੇ ਨਾਲ ਨਾ ਲੜਦੇ ਹੋ ਨਾ ਲੜ ਕੇ ਪੜਾਉਂਦੇ ਪਰ ਮੈਂ ਉਹਦਾ ਕੰਮ ਕਿਉਂ ਕਰੂੰਗੀ ਫਿਰ ਫੋਟੋ ਕਿੱਥੋਂ ਆ ਗਈ ਇਹ ਮੈਨੂੰ ਵੀ ਨਹੀਂ ਪਤਾ ਬਾਈ ਕਿਵੇਂ ਆਈ ਫੋਟੋ ਇਹ ਮੈਂ ਤਾਂ ਕਾਲਜ ਜਾਂਦੀ ਨਹੀਂ ਉੱਥੇ ਜਾ ਕੇ ਜਿਹਨੂੰ ਮਰਜ਼ੀ ਪੁੱਛ ਲਓ ਕਾਲਜ ਜੇ ਮੈਂ ਕਲਾਸਾਂ ਲਾਉਣੀ ਹੈ ਕਿ ਨਹੀਂ ਲਾਉਂਦੀ ਬੀਰਪਾਲ ਤੂੰ ਕੱਲੀ ਨੂੰ ਪੁੱਛ ਲਾ ਮੈਂ ਤਾਂ ਆਪ ਕਹਿ ਰਹੀ ਹਾਂ ਦੱਸ ਦੇ ਪ੍ਰੀਤ ਹਜੇ ਵੀ ਜੇ ਕੋਈ ਗੱਲ ਹੈਗੀ ਕੁਛ ਨਹੀਂ ਵਿਗੜਿਆ ਨਹੀਂ ਭਾਬੀ ਕੋਈ ਗੱਲ ਨਹੀਂ ਹੈਗੀ ਐਵੇਂ ਦੀ ਤੂੰ ਤਾਂ ਮੇਰਾ ਯਕੀਨ ਕਰ ਲਾ ਤੂੰ ਵੀ ਇੰਨਾ ਪਿੱਛੇ ਲੱਗ ਗਈ ਪਿੱਛੇ ਤਾਂ ਕਿਉਂ ਲੱਗ ਗਈ ਜਾਂ ਸਬੂਤ ਪਿਆ ਮੂਹਰੇ ਇਸ ਦਾ ਸਬੂਤ ਦੇਖਦੇ ਹਾਂ
ਕਿਵੇਂ ਭੈਣੇ ਚੁੱਪ ਕਰਕੇ ਨਾ ਗਈ? ਓਹੋ ਮੈਂ ਤਾਂ ਭੈਣੇ ਦਿਮਾਗ ਹੀ ਜਦੋਂ ਦੀ ਤੂੰ ਉਹ ਫੋਟੋ ਫੜਾ ਕੇ ਆਈਆਂ ਨਾ ਮੇਰਾ ਦਿਮਾਗ ਹੀ ਹੁੰਦਾ ਪਿਆ। ਹਾਏ ਹਾਏ ਦਿਮਾਗ ਖੱਲਣ ਨੂੰ ਕੀ ਦੋਸ਼ ਹੈ, ਐਡਾ ਚੰਦ ਚੜਾਇਆ ਜਿਹੜਾ। ਫਿਰ ਕੀ ਕਰੀਏ ਭੈਣੇ ਹੁਣ? ਮੇਰੀ ਗੱਲ ਸੁਣ, ਇੱਕ ਤੈਨੂੰ ਮੈਂ ਸਮਝਾਉਣੀ ਹੈ। ਹਾਂ ਮੇਰੀ ਗੱਲ ਸੁਣ। ਹਾਂ ਜੇ ਮੈਂ ਕਰਾਵਾਂ ਰਿਸ਼ਤਾ? ਰਿਸ਼ਤਾ? ਹਾਂ ਨਹੀਂ ਮੈਂ ਮਰ ਜਾਂਦਾ। ਗੱਲ ਸੁਣ, ਮੇਰਾ ਤਾਂ ਫੇਰ ਢਿੱਡ ਮੱਚਦਾ। ਉਹਨੇ ਤਾਂ ਜਿਹੜਾ ਚੰਦ ਚੜਾਉਣਾ ਸੀ, ਲਾਸਣ ਲਾਉਣਾ ਸੀ, ਲਾਤਾ। ਤੇਰੀ ਗੁੱਤਨੀ ਨੂੰ ਲਾਤਾ, ਭਾਈ ਦੀ ਦਾੜੀ ਨੂੰ ਲਾਤਾ, ਲਾਤਾ। ਪਰ ਇੱਕ ਗੱਲ ਮੈਂ ਤੈਨੂੰ ਦੱਸਦੀ ਹਾਂ, ਫਿਰ ਵੀ ਮੈਂ ਇਹ ਨਹੀਂ ਹੈਗਾ ਵੀ ਨਿੱਫਰ ਪੰਡ ਕੰਮ ਕਰਦੀ ਹਾਂ। ਇੱਕ ਕਿੱਲੇ ਆਏ ਦੇ ਹੈ, ਇੱਕ ਕਿੱਲੇ ਆਏ ਦੇ ਕਰਾ ਦੂੰਗੀ। ਫਿਰ ਵੀ ਭੈਣੇ ਗੱਲ ਤਾਂ ਉੱਥੇ ਖੜੀ ਹੈ। ਮੁੰਡਾ ਤਾਂ ਪਤਾ ਤੈਨੂੰ, ਕਹਿੰਦਾ ਮੈਂ ਤਾਂ ਮਾਸਟਰਨੀ ਦਾ ਪੇਪਰ ਦਵਾਉਂਗਾ। ਨੀ ਕਿਹੜੀ ਉਹ ਪ੍ਰਿੰਸੀਪਲ ਲੱਗੂ, ਕਿਹੜੀ ਡੀਪੀ ਲੱਗੂ, ਕਿਉਂ ਬੋਲਾ ਹੋਇਆ ਛੋਟਾ ਮੁੰਡਾ? ਫਿਰ ਹੁਣ ਮੈਂ ਕੀ ਕਰਾਂ? ਮਾਰੀ ਗਈ ਮੇਰੇ ਕੀ ਸਾਰੇ ਦੀ ਗੱਲ ਹੈ, ਮੇਰੀ ਨਹੀਂ ਚੱਲਦੀ ਇਸ ਗੱਲ 'ਚ। ਉਹ ਮੈਂ ਮਰ ਜਾ, ਆ ਕੌਣ ਤੰਤ ਆ ਗਿਆ, ਹਜੇ ਵੀ ਨਹੀਂ ਸਮਝਦਾ। ਇਹ ਤਾਂ ਭੈਣੇ ਲਵਾਉਣ ਨੂੰ ਫਿਰਦਾ ਮਾਸਟਰਨੀ, ਮੇਰੇ ਤਾਂ ਸਿੰਬਰ ਨੂੰ ਵੀ ਨਹੀਂ ਜੀ ਕਰਦਾ, ਜੀ ਆਈ ਨੂੰ ਖਾ। ਪੁੱਤ ਕਿਵੇਂ ਦੀਪ? ਵਧੀਆ ਜੀ, ਆ ਜਾ ਬਹਿ ਜਾ। ਬੈਠੀ ਭਾਈ ਕੀ ਕਰੀ ਜਾਂਦਾ ਇਹ ਦੀਪ ਕੰਮ ਭਾਈ? ਹੈਂ ਕੁਛ ਨਹੀਂ ਚਾਚੀ, ਉਹ ਪੋਸਟ ਆ ਰਹੀਆਂ ਨੇ ਟੀਚਰ ਦੀਆਂ। ਅੱਛਾ, ਪੋਸਟ ਆਈਆਂ ਭਰਦਾ, ਤੈਨੂੰ ਪਤਾ ਮੈਂ ਸਾਰਾ ਕੰਮ ਹੀ ਕਰਦਾ, ਪੋਸਟਾਂ ਵੀ ਭਰਦਾ ਨਾ ਹੁੰਦਾ। ਅੱਛਾ, ਹਾਂ ਉਹ ਭਰੀ ਜਾਂਦਾ ਸੀਗਾ, ਮਹਾਂ ਚੱਲ ਟਾਈਮ ਹੈਗਾ ਭਰ ਲੈਣਾ ਹੁਣ। ਹਾਂ ਹਾਂ ਚੱਲ, ਤੂੰ ਤਾਂ ਸਾਰੇ ਕੰਮ ਕਰਦਾ ਭਾਈ। ਹੋਰ ਵਧੀਆ ਹੋ ਗਿਆ ਸੀ ਉਹ ਆਪਣਾ ਕੰਮ? ਆਪਣਾ ਕੰਮ ਵਧੀਆ ਵੀ ਹੋ ਗਿਆ, ਘਟੀਆ ਵੀ ਹੋ ਗਿਆ, ਦੋਨੇ ਕੰਮ ਹੋ ਗਏ ਭਾਈ। ਕਿਵੇਂ? ਤੇਰੇ ਤਰਫੋਂ ਤਾਂ ਵਧੀਆ ਸੀ, ਉਹਨਾਂ 'ਤੇ ਕੋਈ ਸਿਹਤ 'ਤੇ ਹਜੇ ਅਸਰ ਨਹੀਂ ਪਿਆ ਨਾ। ਫਿਰ ਹੁਣ? ਹੁਣ ਕੀ, ਹੁਣ ਪੁੱਤ ਤੂੰ ਆ ਲਿਆਈ ਆ ਮੈਂ ਫੋਟੋ ਹੋਰ ਕੱਢ ਕੇ, ਮੇਰਾ ਸ਼ੇਰ ਬਣ ਕੇ ਇੱਕ ਹੋਰ ਬਣਾ, ਇਹੋ ਜਿਹੀ ਬਣਾ ਜੇ ਉਹਨਾਂ ਦੇ ਕੰਨ ਖੁੱਲ ਜਾਣ। ਹੈਂ ਕੱਚਾ ਕੰਮ ਨਾ ਹੋਵੇ, ਠੀਕ ਹੈ ਨਾ? ਨਾ ਕੱਚਾ ਤਾਂ ਆਪਾਂ ਪਹਿਲਾਂ ਵੀ ਨਹੀਂ ਛੱਡਿਆ ਸੀ ਚਾਚੀ। ਚੱਲ ਕੋਈ 19-20 ਦਾ ਫਰਕ ਹੋਊਗਾ ਮਾੜਾ ਮੋਟਾ, ਅਤੇ ਕੰਮ ਹਜੇ ਕੋਈ ਚੜਿਆ ਨਹੀਂ ਸਿਰੇ। ਫੋਟੋ ਤਾਂ ਮੈਂ ਬਣਾ ਦੂੰਗਾ, ਪਹਿਲਾਂ ਨਾਲੋਂ ਵੀ ਵਧੀਆ ਬਣਾ ਦੂੰ। ਅੱਛਾ, ਪਰ ਪਹਿਲਾਂ 2 ਲੱਗਿਆ ਸੀ, ਫਿਰ ਹੁਣ 5,000 ਰੁਪਇਆ ਲੱਗੂਗਾ। ਬੇ 5 ਲੈ ਲਈ, ਹੋਰ ਬੋਲ। ਜੇ ਮੇਰਾ ਮਸਲਾ ਜਮਾਂ ਹੱਲ ਹੋ ਗਿਆ, 5 ਦਾ ਮੈਂ ਤੈਨੂੰ 6 ਦੇ ਦੂੰ। ਕੋਈ ਗੱਲ ਨਹੀਂ, ਪਹਿਲਾਂ ਵੀ ਮੈਂ ਮਿਹਨਤ ਪੂਰੀ ਕੀਤੀ ਸੀ, ਇੱਕ ਤੀ ਹੋਰ ਮਿਹਨਤ ਕਰਕੇ ਆਪਾਂ ਜਮਾਂ ਕੰਮ ਅੰਨੇ ਬੰਨੇ ਲਾ ਦਾਂਗੇ। ਸੀਸਾ ਕਰਦੀ, ਕੋਈ ਗੱਲ ਨਹੀਂ। ਹੋਰ ਮੈਨੂੰ ਵੀ ਇਹ ਗੱਲ ਦੀ ਕਲਪਨਾ ਜਿਹੀ ਹੋਈ ਪਈ, ਜਿੰਨਾ ਚਿਰ ਸੀਸਾ ਨਹੀਂ ਨਾ ਮੂਹਰੇ ਹੁੰਦਾ, ਅਤੇ ਬਸ ਤੈਨੂੰ ਤਾਂ ਮੈਨੂੰ ਪਤਾ ਹੋਵੇ। ਨਾ ਨਾ, ਮੈਂ ਤਾਂ ਤੈਨੂੰ ਆਪ ਹੀ ਕਹਿਣਾ ਵੀ ਆਪਾਂ ਨਾ ਫਸ ਜਾਈਏ, ਤੂੰ ਬਸ ਹੋਰ ਕਿਸੇ ਕੋਲ ਗੱਲ ਹੀ ਨਾ ਕਰੀ। ਮੈਂ ਤਾਂ ਗੱਲ ਕਰਦੀ ਨਹੀਂ, ਤੂੰ ਨਾ ਕਿਤੇ ਕਰਦੀ। ਨਾ ਨਾ ਲੈ, ਮੈਂ ਜ਼ਰੂਰੀ ਕਰਨੀ ਆ। ਨਾ ਨਾ, ਮੈਂ ਕਰਦਾ ਨਹੀਂ ਇਹੋ ਜਿਹਾ ਕੰਮ, ਬਸ ਤੂੰ ਆ ਕਿਸੇ ਕੋਲ ਭਾਵ ਕੱਢੀ। ਤੂੰ ਐਂ ਕਰੀ, ਉਦੋਂ ਮੰਗੂ ਇਹਨੂੰ ਲੈ ਆਈ ਅਤੇ ਪੈਸੇ ਫੜ ਲਈ। ਕੋਈ ਗੱਲ ਨਹੀਂ, ਠੀਕ ਹੈ। ਕਈ ਕੁ ਦਿਨਾਂ 'ਤੇ ਕਰਵਾਉਣ ਜੀ ਕੰਮ? ਕਰ ਦੂੰ ਬਸ, ਠੀਕ। ਤੈਨੂੰ ਫੋਨ ਆਪ ਹੀ ਆ ਜੂ ਮੈਂ ਤੈਨੂੰ ਫੜਾਉਂ। ਠੀਕ ਹੈ ਠੀਕ ਹੈ, ਚੰਗਾ ਪੁੱਤ। ਹੋਰ ਚਾਹ ਪੀ ਜਾਣੀ ਚਾਚੀ? ਬਸ ਪੁੱਤ ਵੱਜ ਆਉਂਦਾ ਰਹੇ। ਚਾਚੀ ਤੂੰ ਕਿੱਧਰ ਆ? ਕਿ ਪੋਸਟਾ ਭਰਨਾ ਇਹਦੀ ਪਲ ਕੋਈ? ਕਾਹਨੂੰ ਭਾਈ, ਮੈਂ ਪੋਸਟਾ ਤਾਂ ਕਾਹਨੂੰ ਭਰਨ ਆਈ ਹਾਂ? ਮੈਂ ਤਾਂ ਇਹਦੀ ਮਾਂ ਨਾਲ ਸੇਲ ਬਣਿਆ ਮੇਰਾ, ਮੈਂ ਤਾਂ ਉੱਥੇ ਆਈ ਸੀ ਉਹਨੂੰ ਮਿਲਣ। ਅੱਛਾ, ਹਾਂ ਪੋਸਟਾ ਮਹਾ ਕੀ ਕੋਈ ਪੋਸਟਾ ਭਰਨੀ ਹੁਣ ਕੋਈ? ਲੈ ਦੇਖ ਲੈ, ਚੇਡਾ ਕਰਦਾ ਭਾਈ। ਅੱਛਾ, ਏਡਾ ਦਾ ਕਾਹਨੂੰ? ਕਿਤੇ ਪਤਾ ਹੀ ਨਾ ਲੱਗ ਜੇ ਕਿੱਧਰ ਕਾ ਦੀਪ। ਸਮਾਨ ਦਾ ਬਾਹਰੀ ਦਾ ਰੱਖਿਆ ਗਾ, ਕੰਮ ਕਰਦਾ ਹੋਊ, ਚੱਲ ਚਾਹ ਪਾਣੀ ਪੀਂਦਾ ਹੋਊਗਾ, ਆ ਜਾਊਗਾ। ਕਿਉਂ ਇਹ ਕੁਛ ਯਾਰ ਹੈਂ? ਪਤਾ ਪ੍ਰੀਤ ਦੀ ਫੋਟੋ ਯਾਰ, ਜਿਹੜੀ ਸਿਰਮਲੀ ਆਪਣੇ ਘਰ ਗਈ ਸੀਗੀ, ਪਰ ਇਹਦੇ ਮਗਰ ਸਰਮਾਇਆ ਤਾਂ ਹੈ ਨਹੀਂ ਗਾ। ਮੈਨੂੰ ਲੱਗਦਾ ਮੇਰਾ ਸਾਲਾ ਕੋਈ ਇਹੀ ਕਾਰਸਤਾਨ ਨਹੀਂ ਕਰਦਾ ਹੈਗਾ। ਆਉਣ ਦੇ ਜਲ ਚਾਹ ਪਾਣੀ ਪੀਂਦਾ ਹੋਊ ਅੰਦਰ, ਮੇਰੇ ਸਾਲੇ ਨੂੰ ਆਉਣ ਦੇ ਕਰਾਂ, ਪੁੱਛਦਾ ਇਹਨੂੰ ਮੈਂ। ਆਹਾ ਸਲਾ, ਮੇਰੀ ਭੈਣ ਦੀ ਫੋਟੋ ਕਿੱਥੋਂ ਆਈ ਓਏ? ਕੁਛ ਨਹੀਂ ਬਈ, ਮੈਂ ਤਾਂ ਕੁਛ ਨਹੀਂ ਕਰਦਾ ਬਈ। ਮੈਂ ਕਰਦਾ ਕਿਉਂ ਨਹੀਂ, ਕਿੱਥੋਂ ਆਈ ਫੋਟੋ ਦੱਸੇ? ਨਹੀਂ ਨਹੀਂ, ਮੈਂ ਤਾਂ ਕੁਛ ਨਹੀਂ ਕਰਦਾ, ਮੈਂ ਕੀ ਕਰਨਾ? ਕਰਦਾ ਕਿਉਂ ਨਹੀਂ, ਮੇਰਾ ਸਲਾ ਤੂੰ ਕਰਦਾ ਕੀ ਇਹ? ਚੱਲ ਮਹਾ ਬਈ, ਮੈਂ ਕੁਛ ਨਹੀਂ ਕਰਦਾ। ਚੱਲ ਫਿਰ ਸਾਡੇ ਘਰੇ ਚੱਲ, ਤੂੰ ਆ ਜਾ, ਮੈਂ ਕਰਦਾ ਨਾ ਬਈ। ਬੇਬੇ ਆਪਾਂ ਨੰਦਰਾ ਕਿਉਂ? ਮੈਂ ਕੱਲੀ ਪੜਾਈ ਯੋਗੀ ਐ, ਤੈਨੂੰ ਕਾਸੇ ਦਾ ਲੱਖਣ ਹੈ ਨਹੀਂ, ਭਾਂਡੇ ਇੱਧਰ ਰੱਖਿਆ ਵਾਂ।
ਚਾਚੀ ਪਰਮਜੀਤ ਦੀ ਕੁੜੀ ਦੇ ਵਿਆਹ ਵੇਲੇ ਉਹ ਸ਼ੂਟ ਪਾਇਆ ਹੋਇਆ ਸੀਗਾ ਉਹ ਫੋਟੋ ਇਹਦੇ ਕੰਪਿਊਟਰ ਚ ਉਹ ਸਲਮਾ ਬੰਦੇ ਬੰਦੇ ਸਾਰਾ ਜਿਹੜੇ ਮੇਰੇ ਸਾਹਮਣੇ ਨੇ ਉਹ ਕੀਤਾ ਸਾਰਾ ਕੰਮ ਹੈ ਬੇ ਜਵਾਬ ਦਿੱਤਾ ਸੀ ਉਹ ਕਹਿੰਦੀ ਮੈਨੂੰ ਕਹਿੰਦੀ ਇਹਦੀ ਫੋਟੋ ਬਣਾ ਕੇ ਦੇ ਉਹਨੂੰ ਪਤਾ ਸੀ ਮੈਂ ਕੰਮ ਕਰ ਦਾਂਗਾ ਅੱਛਾ ਉਹਨੇ ਕਿਹਾ ਸੀ ਮੈਨੂੰ ਤਾਂ ਮੈਂ ਤੁਹਾਨੂੰ ਜਵਾਬ ਦਿੱਤਾ ਸੀਗਾ ਉਹ ਮੰਨੀ ਨੀ ਹੈਗੀ ਫੇਰ ਉਹ ਮੈਨੂੰ ਕਹਿੰਦੀ ਮੈਂ ਤੈਨੂੰ ਪੈਸੇ ਦੇ ਦੂੰ 2000 ਰੁਪਿਆ ਦੇਤਾ ਫੇਰ ਹੈ ਹਾਂ ਉਹਨੇ 2000 ਰੁਪਿਆ ਦੇਤਾ ਮੈਂ ਫੋਟੋ ਬਣਾਤੀ ਨਾ ਦੇਖ ਤੇਰੀ ਭੈਣ ਦੀ ਬਣਾਏ ਫੇਰ ਆਏ ਤੈਨੂੰ ਸ਼ਰਮ ਨਹੀਂ ਆਈ ਪਿੰਡ ਦੀ ਤੀ ਭੈਣ ਦੀ ਆਈ ਇੱਜ਼ਤ ਮੈਂ ਕਿਹਾ ਸੀ ਹੁਣ ਬਚੇਗਾ ਬੇਸ਼ੱਕ ਬਚੇਗਾ ਮੇਰਾ ਸਾਰਾ ਉਮਰ ਭਰ ਦੀ ਕੈਦ ਕਰਾਉ ਮੇਰੇ ਹਲ ਤੋਂ ਲਾ ਫੋਨ ਆ ਫੋਨ ਫੜ ਆ ਸੀ ਫੋਨ ਲਾ ਫੋਨ ਬਹਾਨੇ ਨਾਲ ਸਾਦਾ ਆਈ ਕਿਵੇਂ ਆਉਗੀ ਉਹ ਹੌਲੀ ਗੱਲ ਕਰੀ ਟਕਾਈ ਨਾਲ ਹੈਲੋ ਪਰਮਜੀਤ ਕਿੱਥੇ ਆ ਭੈਣੇ ਸਾਡੇ ਜਵਾਕ ਮੰਨ ਗਏ ਹਾਂ ਤੂੰ ਉਹ ਫੋਟੋ ਲਿਆ ਭੈਣੇ ਆਪਾਂ ਜਿਹੜੀ ਤੂੰ ਰਿਸ਼ਤੇ ਵਾਲੀ ਗੱਲ ਕਰਦੀ ਤੇ ਤਾਂ ਰੰਗ ਲਾ ਤੇ ਜਮੀ ਆ ਜਾ ਕੇਰਾ ਆ ਜਾ ਮੇਰੀ ਭੈਣ ਛੇਤੀ ਆ ਜਾ ਨਾ ਬੇਸ਼ਰਮਾ ਤੂੰ ਤਾਂ ਸੋਚਣਾ ਸੀ ਵੀ ਪਿੰਡ ਦੀ ਧੀ ਭੈਣ ਮੈਂ ਇਹੋ ਜਿਹਾ ਕੰਮ ਕਰਦਾ ਪੈਸੇ ਦੀ ਖਾਤਰ ਬੇਬੇ ਹੁਣ ਤੈਨੂੰ ਮੇਰੇ ਤੇ ਯਕੀਨ ਆ ਗਿਆ ਆ ਗਿਆ ਹਾਲੇ ਵੀ ਨਹੀਂ ਹੈਗਾ ਯਕੀਨ ਆ ਗਿਆ ਪੁੱਤ ਯਕੀਨ ਤਾਂ ਆ ਗਿਆ ਡਰ ਤਾਂ ਹਰੇਕ ਮਾਂ ਨੂੰ ਹੀ ਹੁੰਦਾ ਉਹ ਤਾਂ ਮੈਨੂੰ ਪਤਾ ਬੇਬੇ ਮੈਂ ਸਮਝੀ ਤੇਰੀ ਗੱਲ ਫਿਰ ਮੈਂ ਇਹ ਕੰਮ ਕਿਉਂ ਕਰੂੰਗੀ ਮੈਨੂੰ ਵੀ ਪਤਾ ਕਿੰਨੀ ਇੱਜ਼ਤ ਆਪਣੀ ਸਾਰੇ ਪਿੰਡ 'ਚ ਪਿੰਡ 'ਚ ਮੈਨੂੰ ਪਤਾ ਹੈ ਪੁੱਤ ਹੁਣ ਤਾਂ ਲੱਗ ਗਿਆ ਪਤਾ ਹੋਰ ਤੂੰ ਮੇਰੇ ਤੇ ਇੰਨਾ ਵੱਡਾ ਇਲਜ਼ਾਮ ਲਾਤਾ ਤੇਰੀ ਚਾਚੀ ਨਾ ਮੈਂ ਫਿਕਰ ਕਰਦੀ ਤੀ ਤੇਰਾ ਫਿਕਰ ਦਾ ਫਾਇਦਾ ਤੇਰੀ ਚਾਚੀ ਠਾ ਗਈ ਪੁੱਤ ਆ ਤਾਂ ਰੰਗੀ ਲੱਗ ਗਿਆ ਆਪਣਾ ਕੰਮ ਬਣ ਗਿਆ ਜਿਹੜਾ ਮੈਂ ਦੀਪ ਨੂੰ ਦੇਊਂਗੀ 5000 ਮੈਨੂੰ ਦੇਣ ਦੀ ਕੀ ਲੋੜ ਹੈ ਮੈਂ ਤਾਂ ਫੋਟੋ ਤੋਂ ਫੜ ਕੇ ਲਿਆਉਂ ਚੱਕ ਕਿੱਡਾ ਸੋਹਣਾ ਮੁੰਡਾ ਭੈਣੇ ਦੇਖ ਦੇਖੇ ਭੁੱਖ ਲੈਂਦੀ ਹੈ ਲੈ ਆਪਣੀ ਪ੍ਰੀਤ ਨਾਲ ਜੋੜੀ ਜਚੂਗੀ ਆ ਮੁੰਡੇ ਦੀ ਮੁੰਡਾ ਬਹੁਤ ਸੋਹਣਾ ਹਾਂ ਜ਼ਮੀਨ ਕਿੰਨੀ ਆਉਂਦੀ ਹੈ ਜ਼ਮੀਨ ਤਾਂ ਭੈਣੇ ਕਿੱਲੇ ਹੀ ਆਉਂਦਾ ਚੱਲ ਆਪਾਂ ਨੂੰ ਹਾਂ ਠੀਕ ਹੈ ਜਦੋਂ ਆਪਾਂ ਨੂੰ ਉਹੀ ਗੱਲ ਐਡਾ ਵੱਡਾ ਦਾਗ ਹੈ ਜਵਾਕ ਨੂੰ ਆਪਾਂ ਨੂੰ ਤਾਂ ਕਿੱਲੇ 10 ਕਿੱਲਿਆਂ ਵਰਗਾ ਹੈ ਨਾ ਹੋਰ ਮਾਰ ਕੇ ਬੋਲ ਤਲ ਤਲ ਕਰੀ ਜਾਂਦਾ ਹੁਣ ਜਿਵੇਂ ਪੈਸੇ ਫੜੇ ਨੇ ਮੇਰੀ ਗੱਲ ਸੁਣ ਰੱਖਦੇ ਸੀ ਭਾਈ ਛਾਵਾ ਛੇ ਸਾਡੇ ਛੱਡ ਭੈਣੇ ਮੇਰੀ ਗੱਲ ਸੁਣ ਤੁਸੀਂ ਮੈਨੂੰ ਫੜਾਓ ਫੋਟੋ ਮੈਂ ਤਾਂ ਕਿਸੇ ਦਾ ਡੋਲਾ ਨਹੀਂ ਕਰਾਉਂਦੀ ਆਹ ਲੈ ਆਪਾਂ ਨੇ ਫੜਾ ਅਜੇ ਤੂੰ ਡੋਲਾ ਪਾ ਦਈਂ ਆਹ ਗੱਲ ਦੇ ਰੱਟ ਕੱਢ ਪਹਿਲਾਂ ਆਹ ਕੀ ਕਹਿੰਦਾ ਆ ਪੁੱਛਾ ਅਜੇ ਵੀ ਚਾਚੀ ਮੰਨਦੀ ਤੂੰ ਤਾਂ ਨਹੀਂ ਭਾਣੇ ਮੇਰਾ ਢਿੱਡ 'ਚ ਪਾਪ ਸੀ ਪਾਪਣ ਦੇ ਮੈਨੂੰ ਤਾਂ ਐਂ ਲੱਗਿਆ ਵੀ ਇਹਨਾਂ ਦੀ ਕੁੜੀ ਦਾ ਪੜ੍ਹ ਕੇ ਨੌਕਰੀ 'ਤੇ ਲੱਗ ਜੂ ਵਧੀਆ ਗਾਹਾਂ ਘਰ ਬਾਰ ਸਹਿਣਗੇ ਵੀ ਮੇਰੀ ਗਰੀਬ ਦੇ ਹੈ ਮੇਰੀ ਲਲਾਇਕ ਸੀ ਪੜ੍ਹਾਈ 'ਚ ਇੰਨੀ ਮੈਂ ਛੇਤੀ ਵਿਆਹਤੀ ਤਾਂ ਕਰਕੇ ਵਿਚਾਲੇ ਉਹ ਹਟਾ ਕੇ ਤਾਂ ਫਿਰ ਇਹਦੀ ਬੇਇੱਜ਼ਤੀ ਕਰਨੀ ਸੀ ਕਰਤੂਤ ਕਿਸੇ ਨਾਲ ਹੋਰ ਨੀ ਖੇਡੇਗੀ ਫਿਰ ਜਦੋਂ ਬੈਠੇ ਤੇ ਪੀਸੀ ਚੱਕੀ ਤੈਨੂੰ ਪਤਾ ਚੱਲ ਜੂ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਵੀਡੀਓ ਹੁਣ ਦੇਖਦੇ ਹੋ ਨਾ ਇਵੇਂ ਜਿਵੇਂ ਦੇਖਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਵਾਰੀ ਕਮੈਂਟਾਂ ਦੀ
ਰਵਿੰਦਰ ਸੀਰਤ ਆਸਟ੍ਰੇਲੀਆ, ਸਰਬਜੀਤ ਘਰਾਟ ਸੰਗਰੂਰ, ਜਸ ਸਿੱਧੂ ਬਰਨਾਲਾ, ਊਸ਼ਾ ਫਰੀਦਾਬਾਦ, ਰੀਤਾ ਲੁਧਿਆਣਾ, ਕਿਰਪਾਲ ਸਿੰਘ ਗੁੜੇ, ਆਬਿਦ ਅਲੀ ਪਾਕਿਸਤਾਨ ਗੁਜਰਾਵਾਲਾ, ਏਕਮਜੋਤ ਕੌਰ ਇਟਲੀ, ਰਾਮਪਾਲ ਗਿੱਦੜਵਾਹਾ, ਹਰਪਾਲ ਬੱਲੂਆਣਾ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।